ਲਗਾ ਦੇ ਤੇ ਮਿੱਠੇ ਆਲੂ ਲੋ ਅੱਲਾ ਦੇ ਨਾਂ ਤੇ ਦੋ ਫਿਰ ਕਿਚਨ ਦੇ ਵਿੱਚੋਂ ਨਾ ਆਵਾਜ਼ ਆ ਰਹੀ ਉਹ ਤੌਲੀਆ ਬਣਾ ਦੇ अस्सलाम वालेकुम जी नाज़रीन टी टाइम में खुश आमदीद ओके कड़ी उगा रहे नाज़रीन यार रात दी ना गर्मी हुई मतलब मेनू नहीं हुई वैसे गर्मी फील हो रही मेनू मैं राती पखा चला के सोता यार केड़ी गल सी ऐसी यार ओ फ्रीड ਧੁੰਦਾਂ ਪੈਣ ਡਈਆਂ ਸਰਦੀ ਮੈਂ ਦੋ ਰਜਾਈਆਂ ਲੈ ਕੇ ਸੁੱਤਾ ਵਾਂ ਅੱਛਾ ਜੀ ਹਾਂਜੀ ਟ੍ਰੇਨਾਂ ਦੀਆਂ ਰਜਾਈਆਂ ਦਾ ਤੁਹਾਨੂੰ ਪਤਾ ਵਾ ਉਨ ਨਹੀਂ ਗਈ ਵਿੱਚ ਸਬੂਤੇ ਬੱਕਰੇ ਤੁੰਨੇ ਉਹ ਨਹੀਂ ਬੱਕਰੇ ਕਿਥੋਂ 30,000 ਦਾ ਬੱਕਰਾ ਤੁੰਨੇ ਮਰੇ ਤੁੰਨੇ ਉਹ ਖਾਸ਼ੇ ਦੀਆਂ ਰਜਾਈਆਂ ਨੇ ਖਾਸ਼ੇ ਵੀ ਨਹੀਂ ਉਹ ਮੁਰਗੀਆਂ ਵਾਲੇ ਕੋ ਖੰਭ ਪਾਏ ਆ ਲੈ ਕੇ ਉਹਦੇ ਵਿੱਚ ਖਾਸ਼ੇ ਦੀਆਂ ਰਜਾਈ ਖਾਸ਼ਾ ਕਪੜਾ ਹੁੰਦਾ ਇੱਕ ਬੜਾ ਪਤਲਾ ਜਿਹਾ ਅੱਛਾ ਜੀ ਤਵੀਰਾ ਟੈਪ ਲੌਨ ਟੈਪ ਉਹਦੀਆਂ ਰਜਾਈਆਂ ਨੇ ਉਹ ਦੋ ਵੀ ਲੱਲੋ ਨਾ ਉੱਤੇ ਤੇ ਫਿਰ ਵੀ ਸਾਫ ਪਤਾ ਲੱਗਦਾ ਵਾ ਵੀ ਉਹ ਕਿਰਲੀ ਜਾ ਰਹੀ ਛੱਤ ਤੇ ਇਹਨੇ ਸਤਾਰ ਜੀ ਉਹਨੇ ਜਹੇਜ਼ ਆਈਆਂ ਵਾ ਮਾੜੀਆਂ ਹੀ ਹੋਣੀਆਂ ਜਹੇਜ਼ 'ਚ ਜਿਹੜੀਆਂ ਆਈਆਂ ਸੀ ਨਾ ਉਹਨਾਂ 'ਚ ਰੂੰ ਸੀ ਫਿਰ ਇਹਨੇ ਪੈਸੇ ਦੀ ਲੋੜ ਪਈ ਰੂੰ ਵੇਚਤਾ ਠੀਕ ਹੈ ਜੀ ਫਿਰ ਉਹਨਾਂ ਦੇ ਉੱਤੇ ਕਢਾਈ ਹੋਈ ਸੀ ਫਿਰ ਪੈਸੇ ਦੀ ਲੋੜ ਪਈ ਇਹਨੇ ਉਹ ਦੇ ਕੇ ਤੇ ਉਹਦੀ ਜਗ੍ਹਾ ਤੇ ਇੱਕ ਸਾਦੇ ਕੱਪੜੇ ਦੀਆਂ ਲੈ ਲਈਆਂ ਫਿਰ ਉਹ ਪੈਸੇ ਦੀ ਲੋੜ ਪਈ ਉਹ ਵੇਚ ਕੇ ਤੇ ਬਿਲਕੁਲ ਹੀ ਪਤਲੇ ਜਿਹੇ ਕੱਪੜੇ ਦੀਆਂ ਲੈ ਲਈਆਂ ਹੁਣ ਤੇ 3 ਰਜ਼ਾਈਆਂ ਉੱਤੇ ਲੈਂਦਾ ਨਾ ਤੇ ਫਿਰ ਵੀ ਛੱਤ ਤੇ ਸਾਫ਼ ਨਜ਼ਰ ਆਉਂਦਾ ਵਾ ਵੀ ਉਹ ਕਿਰਲੀ ਜਾ ਰਹੀ ਉਹ ਮੱਖੀ ਬੈਠੀ ਆ ਤੇ ਉੱਥੇ 3 ਰਜ਼ਾਈਆਂ ਲੈ ਕੇ ਸੌਣ ਨਾਲ ਕੀ ਹੋਣਾ ਤੇਰਾ ਟ੍ਰਾਂਸਪਲਾਂਟ ਰਜ਼ਾਈ ਹਾਂ ਯਕੀਨ ਕਰ ਆਪਣਾ ਨਹੀਂ ਮੰਨਣਾ ਇਹਨਾਂ ਦੀ ਰਜ਼ਾਈ ਲੈ ਕੇ ਬੰਦਾ ਸਿਗਰ ਨਹੀਂ ਪੀ ਸਕਦਾ ਕਿਉਂ ਬੂਰਾ ਪਾਇਆ ਹੁੰਦਾ ਇਹਨਾਂ ਨੇ ਰਜ਼ਾਈ ਯਾਰ ਇਹਨੇ ਰਜ਼ਾਈ ਲਈ ਵੀ ਹੁੰਦੀ ਉੱਤੇ ਤੇ ਫਿਰ ਉੱਠ ਕੇ ਚੱਲ ਜਾਂਦਾ ਰਜ਼ਾਈ ਉੱਥੇ ਰਹਿੰਦੀ ਉਹਦੇ ਵਿੱਚੋਂ ਨਿਕਲ ਜਾਂਦਾ ਏਦਾਂ ਦੀ ਤੇ ਰਜ਼ਾਈ ਹੈ ਰਜ਼ਾਈ ਇੰਨੀ ਮਾੜੀ ਹੈ ਉੱਤੋਂ ਅਖਬਾਰ ਵੀ ਲਏ ਹੁੰਦੇ ਆਹੋ ਇਹਨੇ 4-5 ਅਖਬਾਰ ਟੇਪਾਂ ਨਾਲ ਜੋੜ ਕੇ ਨਾ ਉਹ ਉੱਤੇ ਲੈ ਕੇ ਬੈਠਾ ਹੁੰਦਾ ਤੇ ਸਾਰੀ ਰਾਤ ਕਹਿੰਦਾ ਪਰੇਸ਼ਾਨ ਰਿਹਾ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਇੱਕ ਫੌਤਗੀ ਵਾਲੀ ਖਬਰ ਮੇਰੇ ਮੂੰਹ ਤੇ ਆ ਗਈ ਇੰਨੀ ਮਾੜੀ ਤੱਕ ਸੁੱਤਾ ਨਹੀਂ ਇੰਨੀ ਮਾੜੀ ਰਜ਼ਾਈ ਹੈ ਇਹਨਾਂ ਦੀ ਇਹਨੇ ਪਾਸਾ ਲਿਆ ਉਹ ਪਾਟ ਗਈ ਸੈਂਟਰ ਤੋਂ ਇੰਨੀ ਮਾੜੀ ਰਜ਼ਾਈ ਲੈ ਕੇ ਫਿਰ ਠੰਡ ਲੱਗਣ ਦੀ ਹੁੰਦੀ ਤੇ ਬੁੱਢੀ ਫਿਰ ਫਲੈਕਸ ਪਾਉਂਦੀ ਉੱਤੋਂ ਰਜ਼ਾਈ ਛੋਟੀ ਏਡੀ ਹੈ ਮੂੰਹ ਤੇ ਲੈਂਦਾ ਵਾ ਤੇ ਗੋਡੇ ਨੰਗੇ ਹੋ ਜਾਂਦੇ ਗੋਡਿਆਂ ਦਾ ਕਰਦਾ ਤੇ ਢਿੱਡ ਨੰਗਾ ਹੋ ਜਾਂਦਾ ਰਜ਼ਾਈ ਭਾਈ ਫਿਰ ਐਂ ਝੋਕ ਸੁੱਤਾ ਹੁੰਦਾ ਉਹਦੇ ਉੱਤੇ ਥੱਲੇ ਜ਼ਿਆਦਾ ਸਰਦੀ ਤਾਂ ਵੀ ਲੱਗਦੀ ਨਾ ਉਹ ਬੈੱਡ ਤੇ ਮੈਟਰਸ ਨਹੀਂ ਹੈ ਪੁਰਾਣੀ ਵਿਛਾਈ ਆਹੋ ਰਜ਼ਾਈ ਕਿਤੇ ਭਾਈ ਨਿੱਗੀ ਨਾ ਹੋਵੇ ਨਾਲ ਕੁੱਤੀ ਭਾਈ ਰਜ਼ਾਈ ਉਹ ਕਿਉਂ ਕਹਿੰਦਾ ਨਿੱਗੀ ਕਰਕੇ ਕੱਟ ਦੂੰਗਾ ਭਾਈ ਤੂੰ ਚੋਰ ਫੜ ਲੈਣਾ ਕਹਿੰਦਾ ਜੀ ਮੈਂ ਚੋਰ ਨੀ ਫੜਦਾ ਮੈਂ ਰਜ਼ਾਈਆਂ ਗਰਮ ਕਰ ਯਾਰ ਇੱਕ ਮਿੰਟ ਯਾਨੀ ਕਿ ਆਪਣੇ ਤੇ ਗੱਲ ਨਹੀਂ ਲੈਣੀ ਕੀ ਦਸੰਬਰ ਧੁੰਦਾ ਪੈਣ ਡਈਆਂ ਨੇ ਕੋਰਾ ਪੈਣ ਡਿਆ ਤੇ ਗਰਮੀ ਹੈ ਗਰਮੀ ਲੱਗਣ ਦੀ ਉਸਤਾਦ ਜੀ ਨੂੰ ਆਪਣੇ ਤੇ ਗੱਲ ਨਹੀਂ ਲੈਣੀ ਅਗਲੇ ਬੰਦੇ ਨੂੰ ਝੂਠੇ ਕਰ ਦੇਣਾ ਮੈਂ ਗੱਲ ਕਰ ਰਿਹਾ ਕਿ ਰਾਤ ਦਾ ਮੈਨੂੰ ਫੀਲ ਹੋ ਰਿਹਾ ਤੁਸੀਂ ਕੋ ਨਹੀਂ ਹੋ ਰਿਹਾ ਗੱਲ ਮੁੱਕੀ ਨਹੀਂ ਉਸਤਾਦ ਜੀ ਸਾਹਿਬ ਦੇ ਮਤਲਬ ਤੈਨੂੰ ਮਿੱਕੀ ਲੋੜ ਆ ਵੀ ਮੈਨੂੰ ਢਾਉਣ ਦੀ ਢਾਉਣ ਦੀ ਮੈਂ ਤੈਨੂੰ ਕਹਿ ਰਿਹਾ ਤੁਹਾਨੂੰ ਘਟਾ ਸਕਦਾ ਤੇ ਫਿਰ ਤੂੰ ਯਾਰ ਰਾਤ ਨਾਲ ਘਟਾ ਸਕਦਾ ਮੈਂ ਕਿ ਰਾਤ ਦੀ ਯਾਰ ਮੌਸਾ ਇੱਥੇ ਬੈਠੇ ਤੁਸੀਂ ਆਪਣੀ ਮਾਂ ਦੇ ਨਾਲ ਦੱਸੋ ਅੱਜ ਇੱਥੇ ਬੈਠੇ ਕਿਉਂ ਗੱਡੀ ਪੁੱਠੀ ਜੀ ਗੱਲ ਕਰਤੇ ਮੈਂ ਕਿਉਂ ਨਹੀਂ ਢਾ ਸਕਦਾ ਯਾਰ ਇੱਕ ਮਿੰਟ ਕੋ ਤੁਮਨੇ ਦੱਸ ਕਿ ਇੱਥੇ ਬੈਠੇ ਤੈਨੂੰ ਅੱਜ ਲੱਗ ਨਹੀਂ ਰਿਹਾ ਕਿ ਕੱਲ ਪਰਸੋਂ ਚੌਥ ਚਲੋ ਅੱਜ ਥੋੜਾ ਜਿਹਾ ਮੌਸਮ ਗਰਮ ਗਰਮ ਹੈਗਾ ਮੈਂ ਟੀ ਸ਼ਰਟ ਪਾ ਮੈਨੂੰ ਆਪ ਲੱਗ ਰਿਹਾ ਮੈਂ ਆਪ ਜਰਸੀ ਪਾਈ ਸੀ ਲਾ ਕੇ ਹਾਂਜੀ ਹੁਣ ਮੈਂ ਕੀ ਪਾਇਆ ਕਿ ਲੋਕ ਕੀ ਪਾਇਆ ਅਸੀਂ ਝੂਠੇ ਨੇ ਮੈਂ ਵੀ ਝੂਠਾ ਹਾਂ ਤੂੰ ਦੱਸ ਤੈਨੂੰ ਅੱਜ ਫੀਲ ਹੋ ਰਿਹਾ ਕਿ ਮੌਸਮ ਗਰਮ ਆ ਥੋੜਾ ਮੌਸਮ ਕੱਲ ਗਰਮੀ ਲੱਗ ਰਾਤ ਦਾ ਵੀ ਗਰਮ ਹਾਂਜੀ ਅਸੀਂ ਚਾਰੇ ਝੂਠੇ ਚਲੋ ਸਾਡੀ ਬਾਹਰ ਆਈਏ ਤੰਨਾ ਜੀ ਠੀਕ ਹੈ ਕਿੱਥੇ ਬਾਹਰ ਲੌਂਜ ਚ ਗਦਾਮ ਚ ਦੋ ਗੱਡੀਆਂ ਲੱਥ ਰਹੀਆਂ ਨੇ ਉਹਨਾਂ ਨੇ ਕਿਹਾ ਗਦਾਮ ਚ ਪਾ ਦਿਓ ਸਾਰਾ ਉਹ ਕੋਰਾ ਸਾਰਾ ਗਦਾਮ ਚ ਪਾ ਰਹੇ ਆ ਕਪੜਾ ਕੋਰਾ ਉਧਰ ਪਾਤਾ ਤੇ ਬਾਕੀ ਰੰਗੇ ਨਹੀਂ ਸਾਨੂੰ ਚਾਹੋਂ ਨੂੰ ਸਰਦੀ ਗਰਮੀ ਲੱਗਣੀ ਤੂੰ ਕੱਲਾ ਕੋਰਾ ਹੀ ਕਹਿਣ ਡਿਆ ਵੀ ਮੈਨੂੰ ਗਰਮੀ ਲੱਗਣ ਦੀ ਅੱਛਾ ਇਹ ਪਤਾ ਨਹੀਂ ਕੱਲੇ ਇਹਦੇ ਹੀ ਕਿਤੇ ਘਰ ਦੇ ਨੁੱਕਰ ਚ ਧੁੰਦ ਜੀ ਪੈ ਰਹੀ ਕੱਲੀ ਕਿਤੋਂ ਛੱਤ ਤੋਂ ਮੋਰੀ ਜਿੱਥੋਂ ਧੁੰਦ ਕੱਲੀ ਆ ਰਹੀ ਨਾ ਉੱਤੇ ਹੈਗੀ ਨਾ ਥੱਲੇ ਹੈਗੀ ਯਾਰ ਦੱਸਣਾ ਤੁਸੀਂ ਦੱਸਣਾ ਯਾਰ ਰਾਤ ਦੀ ਥੋੜਾ ਜਿਹਾ ਮੌਸਮ ਗਰਮ ਹੋਇਆ ਕਿ ਨਹੀਂ ਉਹਨਾਂ ਨੇ ਤਾਂ ਤੁਹਾਡੀ ਮੰਨਣੀ ਉਸਤਾਦ ਜੀ ਫੈਨ ਨੇ ਤੁਹਾਡੇ ਉਹਨਾਂ ਨੇ ਕਹਿਣਾ ਲੋ ਜੀ ਸਹੀ ਕਹਿਣ ਦੇ ਤੁਸੀਂ ਸਿਰਫ ਇਹ ਨਾ ਗੱਲ ਕਰੋ ਨਿਊਟਰਲ ਹੋ ਕੇ ਗੱਲ ਕਰੋ ਤੂੰ ਚਾਹੁੰਦਾ ਵਾ ਕਿ ਜੋ ਤੂੰ ਕਹਿ ਰਿਹਾ ਉਹ ਸਾਰੇ ਮੰਨ ਲੈਣ ਚਲੋ ਮੈਂ ਨਹੀਂ ਕਹਿ ਰਿਹਾ ਮੈਂ ਸਿਰਫ ਇਹ ਕਹਿਣਾ ਕਿ ਦਸੰਬਰ ਹੈ ਨਾਜ਼ਰੀਨ ਦਸੰਬਰ ਦੇ ਵਿੱਚ ਗਰਮੀ ਹੁੰਦੀ ਹੈ ਕਿ ਠੰਡ ਹੁੰਦੀ ਨਹੀਂ ਦਸੰਬਰ ਦੇ ਵਿੱਚ ਇੰਨੀ
ਇੰਨੀ ਕੁ ਠੰਡ ਹੁੰਦੀ ਜਿੰਨੀ ਕੁ ਹੈਗੀ ਇਸ ਟਾਈਮ ਤੇ ਧੁੰਦਾਂ ਤੇ ਤਬਾਹੀ ਫਿਰੀ ਹੁੰਦੀ ਹੈ ਤੇ ਲੇਕਿਨ ਨਹੀਂ ਹੈਗੀ ਇੰਨੀ ਧੁੱਪ ਨਿਕਲ ਇਹ ਮੌਸਮ ਚੇਂਜ ਹੋ ਰਿਹਾ ਹੁਣ ਇਹ ਸਦੀਆਂ ਦੋ ਸਦੀਆਂ ਬਾਅਦ ਇੱਕ ਰੋਜ਼ੇ ਹੁੰਦੇ ਜਦੋਂ ਰੋਜ਼ੇ ਹੁੰਦੇ ਆ ਕਈ ਲੋਕ ਕਹਿੰਦੇ ਨੇ ਭਾਵੇਂ ਅਸੀਂ ਉਹ ਰੋਜ਼ੇ ਵੇਖੇ ਨੇ ਜਿਹੜੇ ਪਿਓਰ ਗਰਮੀ ਚ ਆਏ ਨੇ ਅੱਜ ਕਈ 40-50 ਸਾਲ ਪਹਿਲੇ ਜੂਨ ਜੁਲਾਈ ਚ ਰੋਜ਼ੇ ਆਏ ਨੇ ਕਿ ਤਬਾਹੀ ਫਿਰ ਗਈ ਹੈ ਕੁਛ ਲੋਕਾਂ ਦੇ ਰੋਜ਼ੇ ਹੁਣ ਠੰਡ ਚ ਆ ਰਹੇ ਨੇ ਹੁਣ ਇਹ ਗੇਮ ਘੁੰਮਦੀ ਆ ਸਮਝਾਓ ਸਾਡੇ ਚ ਬੈਠ ਦਾ ਉੱਠਦਾ ਇਹਦੇ ਹਿੱਸੇ ਦੀਆਂ ਮੱਖੀਆਂ ਵੀ ਸਾਡੇ ਤੇ ਬਹਿੰਦੀਆਂ ਮਤਲਬ ਅੱਲਾ ਮਖਤੂ ਲੰਘਦਾ ਹੋਵੇ ਤੇ ਕੀ ਕਰਦੇ ਲੋਕੀ ਮਤਲਬ ਗੋਲਿਆਂ ਲਾਈਨ ਚ ਕਰਦਾ ਕਰਦਾ ਉਂਗਲੀਆਂ ਵੀ ਨਾਲ ਰਗੜ ਦਿੰਦਾ ਤੇਰੇ ਵੇਖ ਕੇ ਐਡਾ ਹਸੀਨ ਆ ਤੂੰ ਭਾਜੀ ਦੋਸਤ ਗੋਲੇ ਦੇ ਵਿੱਚ ਮਤਲਬ ਉਹਦੇ ਪੋਟੇ ਵੀ ਆ ਜਾਂਦੇ ਤੇਰੇ ਮੁੰਡੇ ਦਾ ਰਿਸ਼ਤਾ ਵੇਖਣ ਵਾਲੇ ਬਾਹਰੋਂ ਤੈਨੂੰ ਵੇਖ ਕੇ ਮੁੜ ਜਾਂਦੇ ਕਿ ਇਹ ਪਿਓ ਆ ਅੱਗੋਂ ਅਸੀਂ ਅੰਦਾਜ਼ਾ ਲਾ ਲਿਆ ਚਲੋ ਇੱਕ ਮਿੰਟ ਹਰ ਜੂ ਤੁਹਾਡਾ ਮੇਰਾ ਨਹੀਂ ਬਣਦਾ ਮੇਰੇ ਉਸਤਾਦ ਜੀ ਨੇ ਸਾਈ ਇੱਧਰ ਮੂੰਹ ਕਰਨਾ ਜੀ ਜੀ ਆਹ ਵੇਖ ਹਾਂਜੀ ਕਸਮ ਲੱਗੇ ਕਮੈਂਟਸ ਕਰਨਾ ਥੱਲੇ ਲੋਕਾਂ ਨੇ ਕਿ ਜਿਹੜਾ ਸਹੀ ਹੈ ਦੱਸੋ ਜੀ ਸਾਨੂੰ ਵੀ ਪੁੱਛੋ ਨਾ ਨਹੀਂ 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 ਉਹਨਾਂ ਨੂੰ ਕਰਨ ਦੇ ਦੇ ਅੱਛਾ ਉਹਨਾਂ ਨੇ ਕਮੈਂਟ ਕਰ ਦਿੱਤਾ ਤੇ ਇਹਨੇ ਕਹਿਣਾ ਲੋ ਜੀ ਉਹ ਤੇ ਤੁਹਾਡੇ ਨਾਲ ਰਲੇ ਕਿਸੇ ਪਾਸੇ ਵੀ ਨਹੀਂ ਆਉਂਦੇ ਨਹੀਂ ਇਨਸਾਫ ਨਾ ਨਕਸ਼ਾ ਲੋ ਨਾ ਨਕਸ਼ਾ ਲੋ ਤੇਰਾ ਜਿੰਨ ਤੂੰ ਜਿੰਨਾ ਕਿ ਸੋਹਣਾ ਨਾ ਹਾਂਜੀ ਔਰਤਾਂ ਪਰਦਾ ਕਰ ਲੈਂਦੀਆਂ ਕੁਝ ਲੋਕ ਔਰਤਾਂ ਪਰਦਾ ਕਰਦੀਆਂ ਨੇ ਕਿ ਯਾਰ ਗੈਰ ਮਰਦ ਯੇ ਵੋ ਤੈਨੂੰ ਸਿਰਫ ਇਸ ਤੋਂ ਪਰਦਾ ਕਰਦੀਆਂ ਨੇ ਕਿ ਕੋਈ ਅੱਲਾ ਮਾਫੀ ਇਨਫੈਕਸ਼ਨ ਨਾ ਹੋ ਜੇ ਸਾਨੂੰ ਉਤੋਂ ਹਲਕੇ ਇਦਾਂ ਪਏ ਇਦਾਂ ਲੱਗਦਾ ਐਨਕ ਲਾਈ ਆ ਅੱਲਾ ਸਟੇਡੀਅਮ ਵੱਲ ਜਾਓ ਇਹੋ ਜਿਹੀ ਸੁਰਾਹੀ ਚੋਂ ਖੱਟਾ ਪਾ ਕੇ ਦਿੰਦੇ ਗੋਲ ਇਹਦੇ ਦਾਗ ਵੇ ਔਰਤਾਂ ਚੋਂ ਲਾਰਾ ਦਿੱਤਾ ਹੋਈ ਸੀ ਤੇ ਇਧਰੋਂ ਮੈਂ ਹੋਇਆ ਸੀ ਮਿਸਟਰ ਵਰਲਡ ਮੈਨੂੰ ਭੈੜਾ ਕਹਿੰਦੇ ਤੂੰ ਹੋਇਆ ਸੀ ਹਾਂਜੀ ਆਹੋ ਯਾਰ ਉਦੋਂ ਬੜੀ ਉਦੋਂ ਸਮੈਲ ਉਧਰੋਂ ਲਾਰਾ ਦਿੱਤਾ ਹੋਈ ਇਧਰੋਂ ਸਕੂਨ ਦਾ ਪੂਰਾ ਮਿਲਿਆ ਵਾ ਟਾਈਟਲ ਮਿਲਿਆ ਨੂੰ ਲੋਕਾਂ ਨੂੰ ਮਿਲਦਾ ਨਾ ਮੈਨ ਆਫ ਦੀ ਮੈਚ ਇਹਨੂੰ ਮਿਲਦਾ ਮੈਲ ਆਫ ਦੀ ਮੈਚ ਮੈਲ ਆਫ ਦੀ ਮੈਚ ਉਹ ਚੱਲ ਜਾਇਆ ਕੰਮ ਕਰ ਟਰਸਟ ਤੇ ਨੀ ਕਰਦਾ ਉਸਤਾਦ ਜੀ ਦਾਣੇ ਇਹਨਾਂ ਨੇ ਕੋਈ 2-3 ਸਾਲ ਪੈਸੇ ਜੋੜੇ ਨੇ ਤੇ ਗੱਡੀ ਲਈ ਇਹਨੇ ਤੇ ਲੈ ਕੇ ਘਰ ਗਿਆ ਤਾਂ ਆਪਾਂ ਕਹਿੰਦਾ ਚੱਲ ਚੱਲ ਦੇ ਗਿਆ ਜਿਹਦੀ ਹੈ ਚੱਲ ਯਕੀਨ ਨਹੀਂ ਹੈ ਕਿ ਕੋਈ ਸ਼ੈ ਲੈ ਸਕਦਾ ਇਹ ਵੀ ਨਵੀਂ ਕਾਰ ਲੈ ਕੇ ਯਾਰ ਨਵੀਂ ਇਹਦਾ ਅੱਬੂ ਨੇ ਕਿਹਾ ਤਰਕ ਚਾਬੀ ਦੇਈ ਤੇ ਉਹਨੂੰ ਕਹਿੰਦਾ ਨਹੀਂ ਨਹੀਂ ਚੈਨ ਲੱਥ ਦੀ ਇਹਦੀ ਲੈ ਨਵੀਂ ਦੀ ਕਿਹੜੀ ਚੈਨ ਕਾਰ ਦੀ ਨਾਲੇ ਚੈਨ ਕਿਹੜੀ ਹੁੰਦੀ ਯਾਰ ਗੱਲ ਸੁਣਾਈ ਜਾ ਰਹੀ ਹੈ ਤੇਰੀ ਫੈਸਲ ਪਤਾ ਕੀ ਗੱਲ ਆ ਇਹਦੇ ਘਰ ਨਾ 500-700 ਰੁਪਏ ਮੇਰੇ ਕੋਲ ਲੈ ਜੀ ਮੂੰਹ ਵੇਖਣ ਵਾਲਾ ਸ਼ੀਸ਼ਾ ਲਿਆ ਕੇ ਨਾ ਬਜ਼ਾਰੋਂ ਇਹਦੇ ਘਰ ਲਾ ਇਹਦੇ ਘਰ ਉਹ ਨਹੀਂ ਹੈਗਾ ਇਹ ਤਦ ਥੋੜ੍ਹਾ ਭੁੜਕਦਾ ਫਿਰ ਰਿਹਾ ਇਹ ਲੰਘਦਾ ਪਾਉਂਦਾ ਆਪਣਾ ਮੂੰਹ ਵੇਖੇਗਾ ਨਾ ਤੇ ਇੱਕ ਤੇ ਇੱਕ ਅੱਲਾ ਦੇ ਕਰੀਬ ਹੋਏਗਾ ਜ਼ਿਆਦਾ ਸ਼ੀਸ਼ਾ ਵੇਖ ਕੇ ਕਿਉਂ ਕਿ ਉਹ ਵੇਖਦੇ ਤਾਂ ਮੂੰਹ ਨਿਕਲਣਾ ਅਸਤਗਫਿਰੁੱਲਾਹ ਉਹ ਅਸਤਗਫਾਰ ਕਰਦਾ ਰਹੇਗਾ ਦੂਸਰੀ ਗੱਲ ਇਹ ਆ ਕਿ ਇਹਨੂੰ ਪਤਾ ਵੀ ਲੱਗੇਗਾ ਵੀ ਇੱਥੇ ਆ ਕੇ ਮੈਂ ਕਿੱਦਾਂ ਦੀ ਗੱਲ ਕਰਨੀ ਇਹ ਫਿਰ ਭਲਾ ਕਿੱਦਾਂ ਵਾਉਂਦਾ ਕਿੱਦਾਂ ਨਾ ਨੂੰ ਹੋ ਕੇ ਕੰਗਾ ਲੈ ਕੇ ਬਾਹਰ ਰੱਖੇ ਵਾਲੇ ਦੇ ਆਣ ਕੇ ਬਾਹਰ ਜਨਾਬ ਜੀ ਇਹਨਾਂ ਦੇ ਪੂਰੀ ਲਾਈਨ ਤੇ ਨਾ ਰਕਸ਼ੇ ਖਿਲਾਰੇ ਹੁੰਦੇ 20 ਰੁਪਏ ਲੈ ਕੇ ਮਤਲਬ 100 ਰਕਸ਼ਾ ਖਿਲਾਰਦਾ ਨਾ ਤੇ 20 ਰੁਪਏ ਦੇ ਹਿਸਾਬ ਨਾਲ 2000 ਰੁਪਇਆ ਬਣ ਜਾਂਦਾ ਜਾਂ 50 ਰਕਸ਼ੇ 60 ਰਕਸ਼ੇ 2000 ਰੁਪਇਆ ਬਣ ਜਾਂਦਾ ਵਾ 6 ਮਹੀਨੇ ਬਾਅਦ ਇੱਕ ਰਕਸ਼ਾ ਚੁੱਕਿਆ ਜਾਂਦਾ ਅੱਗੋਂ ਫਿਰ ਨਵੇਂ ਸਿਰ ਤੋਂ ਕੰਮ ਸ਼ੁਰੂ ਕਰ ਲੈਂਦਾ ਇਹਦੇ ਘਰ ਦੇ ਬਾਹਰ 4 ਰਕਸ਼ੇ ਜਿਹੜੇ ਖਲੋਤੇ ਆ ਨਾ ਸਾਰਾ ਸ਼ੀਸ਼ਿਆਂ ਦਾ ਕੰਮ
ਕੋਈ ਚੀਜ਼ ਰੱਖਣੀ ਉਹ ਰਕਸ਼ੇ ਇਹਨਾਂ ਨੇ ਗੋਦਾਮ ਬਣਾਏ ਰਾਤ ਨੂੰ ਇਹਨਾਂ ਦੇ ਗੋਦਾਮ ਹੁੰਦੇ ਭਰਾ ਸੁੱਤਾ ਵਾ 96-71 ਚ ਸਾਰੇ ਰਿਸ਼ਤੇਦਾਰ ਰਕਸ਼ੇ ਪਾਏ ਏਦਾਂ ਲੱਗੇ ਲਾਰੀ ਏਡਾ ਵਾ ਉਹ ਕਈ ਵਾਰੀ ਆਰਫ ਨੇ ਕਿਹਾ ਚੱਲ ਕਿਹਾ ਯਾਰ ਮੈਂ ਰਕਸ਼ੇ ਕੀ ਮੈਂ ਤੁਹਾਡੇ ਅੱਗੇ ਬੈਡ ਹੀ ਖਿਲਾਰ ਦਿੰਦਾ ਤੁਸੀਂ ਸਾਰੇ ਉਹ ਚ ਪਾਏ ਇੱਕ ਦਿਨ ਪਾਈ ਮੁੰਡਾ ਛੋਟਾ ਉਹ ਸਾਰੀ ਦਿਹਾੜੀ ਰਕਸ਼ੇ ਦੇ ਵਿੱਚ ਨਾਲ ਹੀ ਉਹਦੇ ਫਿਰਦਾ ਰਿਹਾ ਉਹ ਸਵੇਰੇ ਕਿਤੇ ਉੱਠਿਆ ਨੀ ਉਹ ਨਾਲ ਹੀ ਫਿਰਦਾ ਰਾਤ ਨੂੰ 11 ਵਜੇ ਆਇਆ ਉਹਦੇ ਨਾਲ ਅਜਲ ਫਖਰ ਨਾਲ ਦੱਸਣ ਡਿਆ ਸੇਵ ਜਿਹੜਾ ਨਾ ਮਾਸ਼ਾਅੱਲਾ 31-50 ਚ ਹੋਇਆ ਰਕਸ਼ੇ ਖਿਲਾਰੇ ਘਰ ਦੀਆਂ ਮੰਜੀਆਂ ਵੇਚਤੀਆਂ ਨੇ ਬੈਡ ਵੇਚਦੇ ਨੇ ਸ਼ੀਸ਼ੇ ਵੇਚਦੇ ਨੇ ਬਲਕਿ ਉਹਦੇ ਆਰਾਮ ਦੇ ਨਾਲ ਆ ਕੇ ਨਾ ਕਿਸ ਟਾਈਮ ਉਹ ਬੱਤੀ ਗਈ ਹੁੰਦੀ ਨਾ ਉਹ ਅੰਦਰੋਂ ਤਾਰ ਲਿਆ ਕੇ ਉਹਦੇ ਨਾਲ ਲਾ ਕੇ ਉਹਨੂੰ ਸਟਾਰਟ ਕਰਕੇ ਅੰਦਰ ਪੱਖਾ ਪੁੱਖਾ ਵੀ ਚਲਾ ਲੈਂਦੇ ਬਿੱਲ ਸੁੱਟਣ ਵਾਲਾ ਇਹਨਾਂ ਦੇ ਘਰ ਤੇ ਨੀ ਸੁੱਟਦਾ ਉਹ ਰਕਸ਼ੇ ਦੇ ਥੱਲੇ ਰੱਖ ਜਾਂਦਾ ਬਾਹਰ ਆਇਆ ਰਕਸ਼ੇ ਦੀ ਸੀਟ ਪਿਛਲੀ ਚੁੱਕੀ ਵਿੱਚੋਂ ਆਪਣੇ ਪਰੌਠੇ ਕੱਟ ਕੇ ਹਰ ਰਕਸ਼ੇ ਵਾਲਾ ਆਰਫ ਨੂੰ ਕਹਿੰਦਾ ਯਾਰ ਤੂੰ ਮੇਰੇ ਕੋਲ 10 ਰੁਪਏ ਵੱਧ ਲੈ ਲਈ ਰਕਸ਼ਾ ਫੈਸਲ ਦੇ ਬੂਹੇ ਨਿਕਲਾ ਫੈਸਲ ਭਾਈ ਇੱਕ ਦਿਨ ਰਕਸ਼ੇ ਚ ਬੈਠੇ ਆ ਬਾਹਰ ਜਿਹੜਾ ਖਲੋਤਾ ਤੇ ਉਹ ਮਾਲਕ ਆ ਕੇ ਵੇਖ ਕੇ ਉਹ ਆਰਫ ਚਾਰ ਆ ਮੇਰੇ ਰਕਸ਼ੇ ਚ ਵੈਸ ਪਾ ਕੇ ਇਹਨੇ ਤੁੰਨਿਆ ਹੁਣ ਰਕਸ਼ੇ ਉੱਤੇ ਹਨਾ ਤੇਰੇ ਮੂੰਹ ਵਰਗੀ ਚੀਲ ਹੁੰਦੀ ਉਹ ਇੰਜ ਕਰਕੇ ਜਿਹੜੀ ਹੁੰਦੀ ਹੁਣ ਸਾਨੂੰ ਚੀਲ ਕਹੇਗਾ ਹੋਰ ਤੈਨੂੰ ਚੀਲ ਕਹੇਗਾ ਸ਼ੇਰ ਤੈਨੂੰ ਮੈਂ ਕਹਿ ਨਹੀਂ ਸਕਦਾ ਸੋਹਣਾ ਹੀ ਹੋਰ ਤਾਂ ਇਹ ਤਾਂ ਮੁੰਡੇ ਵੱਲੋਂ ਲੋਕੀ ਗਲਾਮਾ ਦਿੰਦੇ ਨੇ ਸਾਡੇ ਰਕਸ਼ੇ ਦੇ ਵਿੱਚ ਵਾਸ਼ਰੂਮ ਕਰ ਜਾਂਦਾ ਕਸਮ ਹੈ ਤੁਹਾਡਾ ਕੰਮ ਹੀ ਇਹ ਰਕਸ਼ਿਆਂ ਦੇ ਉੱਤੇ ਸਾਰੇ ਮਾਸ਼ਾਅੱਲਾ ਲੱਗੇ ਉਹ ਭਾਈ ਇਹ ਰਾਹ ਇਹ ਨਾ 400-500 ਦੀ ਦਿਹਾੜੀ ਵੀ ਲਾ ਲੈਂਦਾ 2 ਵਜੇ ਜਿਹੜੀ ਸਵਾਰੀ ਆਉਂਦੀ ਨਾ ਚੌਂਚਿਆਂ 'ਚੋਂ ਇੱਕ ਰਕਸ਼ਾ ਕੱਢਦਾ ਉਹਨੂੰ ਛੱਡ ਕੇ ਆ ਕੇ 200 ਰੁਪਈਆ ਲੈ ਕੇ ਫਿਰ ਉੱਥੇ ਖਿਲਾਰ ਦਿੰਦਾ ਸਵੇਰ ਤਾਂ ਘੱਟ 900 ਦੀ ਦਿਹਾੜੀ ਵੀ ਲਾ ਲੈਂਦਾ ਰਕਸ਼ੇ ਵਾਲਾ ਘਰ ਸੁੱਤਾ ਹੁੰਦਾ ਉਹਨੂੰ ਇਹਨੇ ਪਤਾ ਨੀ ਮੇਰਾ ਰਕਸ਼ਾ ਚੱਲ ਵੀ ਰਿਹਾ ਨਹੀਂ ਆਰਫ ਨੀ ਲਾਗ ਲਾਉਣ ਦਿੰਦਾ ਲਾ ਕੇ ਗੱਡੀ ਖਿਲਾਰੋ ਮੈਨੂੰ ਨੀ ਲਾਉਣ ਦਿੰਦਾ ਇਹਨਾਂ ਦਾ ਵੱਡਾ ਬਹਿਨੋਈ ਆਇਆ ਇਹਨਾਂ ਕਿ ਤੁਹਾਡਾ ਬਿਸਤਰਾ ਲਾ ਦਿੱਤਾ ਉਹ ਸੁੱਤਾ ਤੇ ਸਵੇਰੇ 17 ਕਲੋਨੀ ਉੱਟਿਆ ਲੈ ਗਏ ਲੈ ਗਏ ਨਾ ਅੱਛਾ ਉਹ ਆਰਫ ਚਾਲ ਐਸਾ ਕਰੈਕਟਰ ਆ ਬਈ ਉਹਨੇ ਇੱਕ ਡਾਇਲੋਗ ਹਰ ਇੱਕ ਨੂੰ ਕਹਿਣਾ ਤੂੰ ਦੁਨੀਆ ਜਹਾਨ ਦੀ ਕਿਸੇ ਜਗ੍ਹਾ ਤੇ ਸੇਫ ਜਗ੍ਹਾ ਤੇ ਗੱਡੀ ਲਾ ਦੇ ਜਿੱਥੇ ਮਰਜ਼ੀ ਲਾ ਦੇ ਜਿੱਥੇ ਸਾਰੀ ਜ਼ਿੰਦਗੀ ਕੋਈ ਨਹੀਂ ਆਉਣਾ ਉੱਥੇ ਗੱਡੀ ਲਾ ਦੇ ਉਹਨੇ ਆ ਕੇ ਤੈਨੂੰ ਇਹ ਜ਼ਰੂਰ ਕਹਿਣਾ ਭਾਜੀ ਉੱਥੇ ਅੱਗੇ ਲਾ ਦਿਓ ਉਹਨੇ ਇਹ ਤੈਨੂੰ ਜ਼ਰੂਰ ਕਹਿਣਾ ਤੂੰ ਮੈਂ ਕਹਿੰਦਾ ਤੂੰ ਕਿਤੇ ਲਾ ਦੇ ਦੁਨੀਆ ਦੀ ਜਗ੍ਹਾ ਤੇ ਉਹਨੇ ਤੇਰੀ ਜਗ੍ਹਾ ਜ਼ਰੂਰ ਚੇਂਜ ਕਰਾਉਣੀ ਕਸਮੇ ਵੀ ਅੱਛਾ ਮੈਂ ਪਹਿਲੇ ਦਿਨ ਆ ਕੇ ਉਹਦੇ ਦੁਕਾਨ ਦੇ ਅੱਗੇ ਲਾਈ ਤੇ ਕਹਿੰਦਾ ਯਾਰ ਉੱਧਰ ਪਿੱਛੇ ਲਾ ਦਿਓ ਗੱਡੀ ਸਾਈਡ ਤੇ ਕਰਕੇ ਤੋਂ ਡਰਾਈਵਰ ਮੈਂ ਅਗਲੇ ਦਿਨ ਫਿਰ ਗਿਆ ਤਾਂ ਮੈਂ ਪਿੱਛੇ ਲਾਤੀ ਉੱਥੇ ਤੋਂ ਉੱਥੋਂ ਆ ਗਿਆ ਕਹਿੰਦਾ ਥੋੜੀ ਉੱਧਰ ਕਰਕੇ ਲਾ ਦੇ ਮੈਂ ਉੱਥੇ ਕਰਕੇ ਲਾਈ ਫਿਰ ਮੈਂ ਹਿਸਾਬ ਲਾਇਆ ਮੈਂ ਕਿਹਾ ਸਾਜੀ ਤੁਸੀਂ ਦੁਨੀਆ ਦੇ ਜਿੱਥੇ ਮਰਜ਼ੀ ਲਾ ਉਹਦੀ ਇੱਕ ਆਦਤ ਆ ਉਹਨੇ ਆ ਕੇ ਕਹਿਣਾ ਯਾਰ ਗੱਡੀ ਇੱਥੋਂ ਨਾ ਉੱਥੇ ਲਾ ਦੇ ਸਾਜੀ ਇੱਕ ਵਾਰੀ ਮੈਂ ਗਿਆ ਵਾਂ ਮੈਂ ਗੱਡੀ ਥੋੜੀ ਟੇੜੀ ਲਾਈ ਆ ਤੇ ਮੈਨੂੰ ਕਹਿੰਦਾ ਉਹ ਗੱਡੀ ਤੁਹਾਡੀ ਲੱਗੀ ਮੈਂ ਕਿਹਾ ਆਹੋ ਯਾਰ ਉਹ ਸਿੱਧੀ ਕਰਕੇ ਲਾ ਉਹ ਸਿੱਧੀ ਕਰਕੇ ਲਾਈ ਨਾ ਉਹ ਫਿਰ ਆਇਆ ਅਗਲੇ ਦਿਨ ਤੇ ਮੈਂ ਵੇਖਿਆ ਤੇ ਉਹ ਕਹਿੰਦਾ ਯਾਰ ਲਾਈਟ ਤੇਰੀ ਚੱਲਣ ਡਈ ਆ ਇਹਨੂੰ ਬੰਦ ਕਰ ਲੈ ਤੀਸਰੇ ਦਿਨ ਫਿਰ ਆਇਆ ਮੈਂ ਗੱਡੀ ਖਿਲਾਰੀ ਹੁਣ ਉਹਨੂੰ ਕੋਈ ਸ਼ੈ ਨਹੀਂ ਲੱਭੀ ਵੀ ਇਹਨੂੰ ਮੈਂ ਸਿੱਧੀ ਲੱਗੀ ਲਾਈਟ ਵੀ ਬੰਦ ਆ ਫਿਰ ਮੈਨੂੰ ਕਹਿੰਦਾ ਉਹ ਵੱਡੇ ਸਟੈਂਡ ਤੇ ਲਾ ਦੇ ਇਹਨੇ ਲਾਈ ਉਹਦਾ ਇੱਕ ਸਟਾਈਲ ਆ ਇਹਨੇ ਵੱਡੇ ਸਟੈਂਡ ਤੇ ਲਈ ਕਹਿੰਦਾ ਰਕਸ਼ੇ ਚ ਪਿੱਛੇ ਉਤਰ ਕੇ ਉਹਦੇ ਕੋਲ ਪੈਦਲ ਆਵੇ ਨਾ ਤੇ ਉਹਨੂੰ ਪਤਾ ਕਿ ਅੱਗੇ ਗੱਡੀ ਉਹਨੇ ਗੱਡੀ ਕਿੱਥੇ ਲਾਈ ਗੱਡੀ ਮੈਂ ਘਰ ਲਾਈ ਘਰ ਦੇ ਅੰਦਰ ਲਾਉਂਦੇ ਨਹੀਂ ਬਾਹਰ ਖਿਲਾਰੇ ਅੰਦਰ ਲਾਇਆ ਉਹਨੂੰ ਉੱਥੇ ਵੀ ਕੈਦ ਲਾ ਤੁਹਾਨੂੰ ਹੁਣ ਪਤਾ ਕੀ ਹੋਇਆ ਉਸਤਾਦ ਜੀ ਦਾ ਇੱਕ ਦੋਸਤ ਫਰੀਦ ਉਸਤਾਦ ਜੀ ਉਹ ਕੀ ਨਾਮ ਸੀ ਉਹਦਾ ਉਹ ਜਿਹੜਾ ਆਇਆ ਸੀ ਉਹ ਉਹਨਾਂ ਨਾਲ ਬੈਠ ਗਿਆ ਆਰਫ ਕਹਿਣ ਡਿਆ ਯਾਰ ਉੱਠ ਕੇ ਨਾ ਉੱਧਰ ਹੋ ਜਾਓ ਮੈਂ ਇੱਧਰ ਬਹਿਣਾ ਹੈਗਾ ਅਤੇ ਹੁਣ ਉਹ ਉੱਠ ਕੇ ਉੱਧਰ ਹੋ ਗਿਆ ਅਤੇ ਮੈਂ ਆਇਆ ਵਾਂ ਮੈਂ ਕਿਹਾ ਭਾਈ ਆਰਫ ਮੇਰੇ ਉਸਤਾਦ ਜੀ ਅਤੇ ਉਹ ਨਾਲ ਉਹਨਾਂ ਦਾ ਦੋਸਤ ਅੱਛਾ 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 ਦੋਸਤ ਆਜੋ ਭਾਈ ਇੱਧਰ ਉਹਨੂੰ ਬਣ ਕੇ ਫਿਰ ਉਹਨੂੰ ਉੱਥੇ ਹੀ ਬਿਠਾ ਦਿੱਤਾ ਕਹਿੰਦਾ ਮੈਂ ਨਹੀਂ ਦੇਖਿਆ ਡਾ ਬਦੀਦ ਨਾਦਰੀਨ ਯਾਰ ਕਿ ਮਤਲਬ 3-4 ਸਾਲ ਮੈਂ ਉਹਦੇ ਕੋਲ ਜਾਂਦਾ ਰਿਹਾ ਅਤੇ ਉਹਨੇ ਹੋਰ ਜੀ ਭਾਅ ਜੀ ਯਾਰ ਮੈਂ ਕਹਿੰਦਾ ਵਾ ਸਜਾਦ ਜਾਨੀ ਤੇ ਛੱਡੋ ਤੁਸੀਂ ਸ਼ਾਹਰੁਖ ਖਾਨ ਵੀ ਉੱਥੇ ਆ ਕੇ ਬੈਠਾ ਹੋਵੇ ਨਾ ਸ਼ਾਹਰੁਖ ਖਾਨ ਵੀ ਉੱਥੇ ਬੈਠਾ ਹੋਵੇ ਅਤੇ ਉਹਨੇ ਕਹਿਣਾ ਨਾ ਸਲਾਮ ਵਾਲਿਆਂ ਕੋ ਆਰ ਭਾਅ ਜੀ ਅਤੇ ਉਹਨੇ ਅੱਗੇ ਕਹਿਣਾ
ਪਾਸਲਾਮ ਉਹ ਉਹਨੂੰ ਨਹੀਂ ਭਾਰ ਕਿਸੇ ਦਾ ਵੀ ਇਹ ਕੌਣ ਆ ਜਾਂ ਇੱਥੇ 15 ਬੰਦੇ ਬੈਠੇ ਆ ਕੇ ਕਿਸੇ ਦੇ ਗੋਡੇ ਨੂੰ ਹੱਥ ਲਾ ਰਹੇ ਨੇ ਉਸਤਾਦ ਸਲਾਮਤ ਅਲੀ ਬੈਠੇ ਨੇ ਉਹਨੇ ਵੇਖਣਾ ਹੀ ਨਹੀਂ ਉਹਨੂੰ ਇਹ ਹੁੰਦਾ ਵਾ ਕਿ ਜੇ ਚਾਹ ਦਾ ਕਹਿਣਾ ਠੀਕ ਆ ਨਹੀਂ ਤੇ ਨਿਕਲੋ ਸ਼ਾਬਾਸ਼ ਉਹਨੂੰ ਨਹੀਂ ਪਤਾ ਅੱਗੇ ਦਿਲ ਕਰੇ ਤੇ ਕੌਣ ਬੈਠਾ ਵਾ ਉਸਤਾਦ ਜੀ ਇੱਕ ਦਿਨ ਐਸਾ ਕਰੈਕਟਰ ਆ ਇੱਕ ਦਿਨ ਨਾ ਮੇਰਾ ਇੱਕ ਦੋਸਤ ਆ ਗਿਆ ਤੇ ਮੈਂ ਫੈਸਲ ਭਾਈ ਦੇ ਕੋਲ ਮੈਂ ਬੁਲਾ ਲਿਆ ਮੈਂ ਕਿਹਾ ਚਲੋ ਉੱਥੇ ਬਹਿ ਜਾਂਦੇ ਹੁਣ ਉਸਤਾਦ ਜੀ ਅਸੀਂ ਸਾਰੇ ਬੈਠੇ ਕੁਰਸੀਆਂ ਤੇ ਹੁਣ ਦੋਸਤ ਕਰੈਕਟਰ ਪਹਿਲੀ ਵਾਰੀ ਮਿਲਿਆ ਮਤਲਬ ਉਹ ਫੈਨ ਟੈਪ ਤੇ ਉਹ ਪਹਿਲੀ ਵਾਰੀ ਮਿਲ ਕੇ ਨਾ ਤੇ ਉਹਦੀ ਐਟੀਟਿਊਡ ਇਹ ਸੀ ਵੀ ਉਹ ਗੱਲਾਂ ਕਰਦਾ ਹੋਇਆ ਨਾ ਤੇ ਉਹ ਅਸੀਂ ਸਾਰੇ ਅੱਜ ਲੱਤ ਲੱਤ ਰੱਖ ਕੇ ਬੈਠੇ ਤੇ ਉਹ ਅੱਜ ਲੰਮੇ ਪਿਆ ਕੁਰਸੀ 'ਚ ਲੰਮੇ ਨਹੀਂ ਪੈ ਜਾਂਦਾ ਬੰਦਾ ਰਿਲੈਕਸ ਹੋ ਕੇ ਤੇ ਲੱਤਾਂ ਉਹਨੇ ਫੈਸਲ ਭਾਈ ਦੇ ਗੋਡਿਆਂ ਨਾਲ ਜੋੜੀਆਂ ਤੇ ਗੱਲਾਂ ਕਰਨ ਲਿਆ ਹੁਣ ਆਰਫ ਪਿੱਛੋਂ ਆਇਆ ਤੇ ਆਰਫ ਨੇ ਵੇਖਿਆ ਵੀ ਉਹਦਾ ਪੋਜੀਸ਼ਨ ਹੀ ਗਲਤ ਵਾ ਆਰਫ ਨਾਲ ਡੰਡਾ ਟਕਾਉਣ ਨਾਲ ਕਹਿੰਦਾ ਭਾਅ ਜੀ ਨਹੀਂ ਤੇ ਫਿਰ ਫੱਟੇ ਤੇ ਹੋਈ ਹੋ ਅੱਛਾ ਹੁਣ ਉਹ ਵੇਖਦਾ ਵੀ ਰਿਹਾ ਕਿ ਯਾਰ ਚਲੋ ਇਹਦਾ ਇਹ ਬੰਦਾ ਕੋਈ ਆਰਟਿਸਟ ਆਏ ਕੋਈ ਜਿਹੜੇ ਆਉਂਦੇ ਨੇ ਉਹ ਆ ਕੇ ਬੜੇ ਪਿਆਰ ਨਾਲ ਮਿਲਦੇ ਨੇ ਆ ਕੇ ਬਹਿੰਦੇ ਵੀ ਨੇ ਤੇ ਯਾਰ ਇਹ ਜਿਹੜੇ ਬੈਂਥੇ ਹੁੰਦੇ ਉਹਨਾਂ ਦੇ ਵਿੱਚੋਂ ਥੋੜਾ ਜਿਹਾ ਮੌਜ਼ਜ਼ ਟੈਪ ਆ ਬੰਦੇ ਨੂੰ ਸਮਝ ਆ ਹੀ ਜਾਂਦੀ ਉਹਨੂੰ ਕੋਈ ਭਾਰ ਨਹੀਂ ਉਹ ਮੈਂ ਇੱਕ ਦਿਨ ਨਾ ਉਹ ਮਾਲਸ਼ੀ ਆਇਆ ਘੁੱਟਣ ਤੇ ਉਹਨਾਂ ਛੋਟੀ ਜਿਹੀ ਮੰਜੀ ਪਈ ਸੀ ਤੇ ਮੈਂ ਉੱਥੇ ਲੰਮੇ ਕਹਿੰਦਾ ਹਾਂਜੀ ਭਾਅ ਜੀ ਮੈਂ ਕਿਹਾ ਯਾਰ ਇੱਥੇ ਮੈਂ ਪੈਣਾ ਇੱਥੇ ਘੁੱਟਦੇ ਖਾਲੀ ਮੰਜੀ ਸੀ ਮੈਨੂੰ ਨਹੀਂ ਪਤਾ ਬਾਅਦ 'ਚ ਉਹਨੇ ਲੰਮੇ ਪੈਣਾ ਆ ਗਏ ਤੇ ਮੈਂ ਉੱਥੇ ਲੰਮੇ ਪੈ ਗਿਆ ਤੇ ਉਹ ਮੈਨੂੰ ਘੁੱਟਣ ਦਿਆ ਤੇ ਲੰਮੇ ਪੈਂਦੇ ਆ ਕੇ ਕਹਿੰਦਾ ਯਾਰ ਉੱਧਰੋਂ ਜੜ ਕੇ ਆਹੋ ਮੈਂ ਇੰਜ ਵੇਖਾ ਉਹਦੇ ਵੱਲ ਉਹ ਮਾਲਸ਼ੀ ਆ ਮੇਰੇ ਵੱਲ ਵੇਖੇ ਮੈਂ ਕਿਹਾ ਆ ਜਾ ਯਾਰ ਯਾਨੀ ਉਹਨੂੰ ਕੋਈ ਭਾਰ ਨਹੀਂ ਗਾ ਮੈਂ ਕਹਿੰਦਾ ਇੱਕ ਦਿਨ ਫੈਸਲ ਭਾਈ ਇੱਕ ਮਿੰਟ ਗੱਲ ਯਾਦ ਆ ਗਈ ਅਸੀਂ ਚਾਹ ਮੰਗਾਈ ਸਾਜ ਤੇ ਚਾਹ ਪੀਣ ਮੈਂ ਫੈਸਲ ਭਾਈ ਤੇ ਨਾਲ ਫਲਕ ਸ਼ੇਰ ਵੀ ਬੈਠਾ ਚਾਹ ਪੀਣ ਦੇ ਤੇ ਨਾ ਚਾਹ ਦੇ ਵਿੱਚ ਨਾ ਥੋੜ੍ਹਾ ਮਿੱਠਾ ਘੱਟ ਤੇ ਮੈਂ ਨਾ ਇੱਦਾਂ ਚਾਹ ਘੁੱਟ ਲਾਇਆ ਤੇ ਮੈਂ ਕਿਹਾ ਭਾਰਫ ਆ ਥੋੜ੍ਹਾ ਮਿੱਠਾ ਕਹਿੰਦਾ ਅੱਗੋਂ ਪੀ ਲਓ ਜਾ ਕੇ ਉਹ ਨਹੀਂ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਚਾਹ ਚੰਗੀ ਬਣਾਈ ਜ਼ਰਾ ਨਾ ਜਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਚੰਗੀ ਬਣੀ ਤੁਸੀਂ ਉੱਥੇ ਬਿਲਕੁਲ ਬੇਬਸ ਹਾਂ ਡਿਮਾਂਡ ਨਹੀਂ ਕੋਈ ਕਰਦਾ ਕੋਈ ਨਹੀਂ ਕਰ ਸਕਦਾ ਤੁਸੀਂ ਉਹਨੂੰ ਕਹਿੰਦੇ ਤੁਸੀਂ ਉਹਨੂੰ ਕਹਿਣਾ ਨਾ ਕਿ ਭਾਰਤ ਜ਼ਰਾ ਵਧੀਆ ਜੀ ਉਹਨਾਂ ਕੋ ਵਧੀਆ ਨਹੀਂ ਬਣਦੀਆਂ ਅੱਗੇ ਚੱਲ ਜਾ ਇੰਜ ਦੀ ਬਣਨੀ ਹੈ ਭਾਈ ਇੰਜ ਦੀ ਬਣਨੀ ਹੈ ਇੱਕ ਹੋਰ ਵੀ ਗੱਲ ਹਨਾ ਇੱਕ ਦਿਨ ਨਾ ਉਸਤਾਦ ਜੀ ਬੈਠੇ ਮੈਂ ਉਹਨੂੰ ਸਪੈਸ਼ਲ ਗਿਆ ਹੋਇਆ ਮੈਂ ਕਿਹਾ ਯਾਰ ਮੇਰੇ ਉਸਤਾਦ ਜੀ ਨੇ ਕੋਈ ਮਸਲਾ ਨਹੀਂ ਯਾਰ ਫੈਸਲ ਭਾਈ ਉਸਤਾਦ ਜੀ ਆਏ ਨੇ ਕਹਿੰਦਾ ਫੈਸਲ ਨੇ ਕਿਹਾ ਮੇਰੇ ਉਸਤਾਦ ਜੀ ਅਸੀਂ ਤੁਹਾਡਾ ਬਹੁਤ ਇਤਰਾਮ ਕਰਦੇ ਹਾਂ ਇੱਥੇ ਨਾ ਖੱਪ ਖੁੱਪ ਨਹੀਂ ਪਾਉਂਦੇ ਆਹ ਸਹੀ ਗੱਲ ਯਾਰ ਅੱਲਾ ਦੀ ਇੱਕ ਉਸਤਾਦ ਜੀ ਗੁਲਾਮਾਬਾਦ ਵੀ ਚਾਹਦਾ ਸੀਗਾ ਨਹੀਂ ਨਹੀਂ ਫੈਸਲ ਭਾਈ ਮੈਨੂੰ ਗੱਲ ਯਾਦ ਆ ਗਈ ਵੀ ਉਸਤਾਦ ਜੀ ਆਏ ਨੇ ਤੇ ਅਸੀਂ ਸਾਰੇ ਬੈਠੇ ਤੇ ਉਸਤਾਦ ਜੀ ਕਹਿੰਦੇ ਯਾਰ ਚਾਹ ਮੰਗਾ ਲਾ ਹੁਣ ਮੈਂ ਆਰਫ ਨੂੰ ਕਹਿ ਗਿਆ ਮੈਂ ਕਿਹਾ ਯਾਰ ਇੱਕ ਚਾਹ ਬਣਾਈ ਜ਼ਰਾ ਅੱਛੀ ਜੀ ਮੈਂ ਕਿਹਾ ਚਾਹ ਬਣਾਈ ਮੈਂ ਇੰਨੀ ਗੱਲ ਕਰਕੇ ਆ ਗਿਆ ਥੋੜੀ ਦੇਰ ਬਾਅਦ ਨਾ ਮੈਂ ਫਿਰ ਗਿਆ ਮੈਂ ਕਿਹਾ ਯਾਰ ਭਾਰਤ ਜ਼ਰਾ ਚੰਗੀ ਜੀ ਬਣਾਏ ਕਹਿੰਦਾ ਹੁਣ ਤੇ ਬਣ ਗਈ ਆ ਛਤਰਾ ਵੀ ਲੈ ਲੈਣਾ ਹੁੰਦਾ ਵਾ ਵੱਡੀ ਤੋਂ 6 ਮਹੀਨੇ ਪਹਿਲੇ ਉਹ ਵੀ ਉੱਥੇ ਤੁਹਾਡੇ ਨਾਲ ਹੀ ਵੱਜਾ ਹੁੰਦਾ ਵਾ ਜਿੱਥੇ ਚਾਹ ਲੈਣੇ ਉਹ ਵੀ ਉੱਥੇ ਵੱਜਾ ਉਹਦੇ ਪੱਠੇ ਵੀ ਉੱਥੇ ਪਏ ਨੇ ਲੇਕਿਨ ਕਦੀ ਨੀ ਵੇਖੇਗਾ ਕਿ ਉਹਦੇ ਕੋਈ ਗੰਦ ਪਿਆ ਕੋਈ ਪੱਠਿਆਂ ਦਾ ਗੰਦ ਪਿਆ ਕੋਈ ਛਤਰੇ ਦਾ ਗੰਦ ਪਿਆ ਨਾ ਪੂਰਾ ਸਾਫ਼ ਸਾਰੀ ਰਾਤ ਉਹਨੇ ਸੋਟੀ ਲੈ ਕੇ ਰਕਸ਼ਿਆਂ ਦੀ ਵੀ ਰਖਵਾਲੀ ਕਰਨੀ ਹੈ ਤੇ ਚਾਹ ਵੀ ਉਹਨੇ ਵੇਚਣੀ ਹੈ ਸਾਰੀ ਰਾਤ ਤੇ ਉਹਨੇ ਛਤਰਾ ਵੀ ਪਾਲਣਾ ਵਾ ਤੇ ਉਹਨੇ ਵਾਧੇ ਘੱਟ ਜਿਹੜੇ ਆਉਂਦੇ ਨੇ ਉਹਨਾਂ ਦੇ ਨਾਲ ਤੇ ਰਹਿਣਾ ਉਹਨੇ ਆਪਣੇ ਆਪ ਦੇ ਅੰਦਰ ਕਦੀ ਨਹੀਂ ਵੇਖੇਗਾ 50 ਸਾਲ ਜਾਈ ਜਾ ਉਹਦੇ ਕੋਲ ਕਦੀ ਨਹੀਂ ਵੇਖੇਗਾ ਕਿ ਚਲੋ ਹੁਣ ਚਾਹ ਨਹੀਂ ਬਣਾ ਰਿਹਾ ਗਾਹਕ ਨਹੀਂ ਗਾ ਤੇ ਆ ਕੇ ਤੇਰੇ ਕੋਲ ਬਹਿ ਗਿਆ ਨਾ ਲੈਦਾ ਉਹਨੇ ਬਹਿਣਾ ਉੱਥੇ ਉਹ ਆਪਣੀ ਉਹਦੀ ਦੁਨੀਆ ਹੈ ਇੱਕ ਹੋਰ ਸਭ ਤੋਂ ਵੱਡੀ ਗੱਲ ਯਾਰ ਫਰੀਦ ਉਹ ਆਪਣੇ ਅੱਡੇ ਨੂੰ ਕੰਡ ਨਹੀਂ ਕਰਨ ਦਿੰਦਾ ਕਿਸੇ ਜਿਹੜਾ ਕੰਡ ਕਰੇਗਾ ਉਹਨੂੰ ਮਨਾ ਕਰ ਦੇਗਾ ਉਹਨਾਂ ਉਹ ਸਿੱਧਾ ਮੂੰਹ ਕਰਕੇ ਬੈਠ ਠੀਕ ਉਹਨੇ ਕਹਣਾ ਸਾਜੀ ਟੀਵੀ ਤੇ ਇੱਕ ਦਿਨ ਨਾ ਉਹ ਲੱਗਾ ਕੋਈ ਅੱਛਾ ਉਹ ਲਾ ਕੇ ਨਾ ਸਵੇਰੇ ਸਵੇਰੇ ਜਦੋਂ ਵਜਦੇ ਨਾ ਸਵੇਰ ਦੇ 5:30 ਤੇ ਹੁਣ ਉਹਦੇ ਤੇ ਤਲਾਵਤ ਲੱਗ ਜਾਂਦੀ ਕੁਰਾਨ ਦੀ ਤੇ ਉਹਨੇ ਰੋਜ਼ ਉੱਥੇ ਤਲਾਵਤ ਲਾਉਣੀ ਹੈ ਜਦੋਂ ਅਸੀਂ ਲੇਟ ਪਏ ਜੀ ਉਧਰ ਤਲਾਵਤ ਲੱਗੀ ਹੁੰਦੀ ਹੈ ਤੇ ਲੰਮੇ ਪਏ ਦੇ ਖਰਾਟੇ ਆ ਰਹੇ ਹੁੰਦੇ ਪਹਿਲਾਂ ਟੀਵੀ ਚੱਲ ਰਿਹਾ ਤਲਾਵਤ ਚੱਲੀ ਹੈ ਤੇ ਉਧਰੋਂ ਖਰਾਟੇ ਚੱਲ ਰਹੇ ਤੇ ਉਹਨੂੰ ਮੈਂ ਕਹਿ ਰਹੀ ਕਿ ਮੈਂ ਕਿਹਾ ਭਾਰਫ ਕਹਿੰਦਾ ਯਾਰ ਚੱਲ ਬਾਕੀ ਤੇ ਸੁਣਦੇ ਆ ਅੱਛਾ ਉਹ ਇੱਕ ਦਿਨ ਟੀਵੀ ਤੇ ਨਾ ਮੈਚ ਲੱਗਾ ਤੇ ਹੁਣ ਅਸੀਂ ਜ਼ਰਾ ਗੱਲਾਂ ਕਰਦੇ ਕਰਦੇ ਜ਼ਰਾ ਫੋਕਸ ਕਰ ਲਿਆ ਉਹ 2-3 ਬੰਦੇ ਹੋਰ ਆ ਗਏ ਉਹ ਵੀ ਵੇਖਣ ਲੱਗ ਪਏ ਤੇ ਹੁਣ ਆਪਣੇ ਮੁੰਡੇ ਨੂੰ ਗਾਲਾਂ ਕੱਢੀ ਜੇ ਤੈਨੂੰ ਕਿਹਾ ਨਹੀਂ ਇਹਨੂੰ ਬਦਲ ਚੈਨਲ ਬਦਲ ਕਹਿੰਦਾ ਇਹ ਰਸ਼ ਪੈ ਗਏ ਰਸ਼ ਪੈਣ ਦਿਆ ਉਹਨਾਂ ਨੂੰ ਖੇਚੜ ਦੇ ਫਰੀਦ ਉਹ ਗੁਲਾਮਾਬਾਦ ਹੀ ਆ ਵੀ ਆ ਵਾ ਜਿਹੜਾ ਚਾਲ ਆ ਉਹ ਜਿਹੜਾ ਉਸਤਾਦ ਜੀ ਦੁਕਾਨ ਹੀ ਬਦਲ ਲੈਂਦਾ ਆਪਣੀ ਆਹੋ ਅੱਛਾ ਕਈ ਚਾਲਿਆਂ ਦੀ ਆਵਾਜ਼ ਤਾਂ ਨਹੀਂ ਦੀ ਚੱਲ ਓਏ ਕਈ ਹਰੀ ਤਾਂ ਦੀ ਆਵਾਜ਼ ਨਹੀਂ ਚਾ ਜ਼ਿਆਦਾਤਰ ਚਾਲਿਆਂ ਦੀ ਪੜ ਪਾਡੇ
ਉਹਦੀ ਸਿਰਫ ਮੁੰਡੇ ਨੂੰ ਸਮਝ ਆਉਂਦੀ ਹੈ ਕੀ ਕਹਿੰਦੇ ਆ ਕਸਮੇ ਉਹਨੇ ਮਤਲਬ ਕਹਿਣਾ ਨਾ ਕਿ ਯਾਰ ਚੈਨ ਲੈਣਾ ਕਾ ਦੋ ਲਿਆ ਪਤਾ ਹੀ ਨਹੀਂ ਉਹਨੂੰ ਪਤਾ ਵੀ ਚੈਨ ਕਾ ਧੋ ਕੇ ਲਿਆਉਣੀ ਹੈ ਬਸ ਆਹੋ ਇੱਕ ਗੱਲ ਹੋਰ ਇਹਨਾਂ ਦਾ ਹਾਫਜ਼ਾ ਬੜਾ ਤੇਜ਼ ਆ ਆਹੋ 49 ਕੇ ਕੱਪ ਪਏ ਨਾ ਉਹਨਾਂ ਨੇ ਸਾਰਿਆਂ ਚ ਪਾ ਕੇ ਨਾ ਦੋ ਚੀਕੇ ਦੀਆਂ ਦੋ ਮੀਦੇ ਦੀਆਂ ਦੋ ਮਾਜੇ ਦੀਆਂ ਦੋ ਅੱਛਾ ਫਿਰ ਉਹ ਪੂਰੇ ਜੇ ਵੀ ਕਹਿਣਗੇ ਅੱਜ ਆ ਫਿੱਕੀ ਹੋਇਆ ਉਧਰ ਦੇ ਕੇ ਆਉਣੀ ਆ ਅੱਜ ਤੱਕ ਉਹਨਾਂ ਨੂੰ ਪਤਾ ਯਾਰ ਉਹਦਾ ਕੰਮ ਆ ਨਾ ਸਾਰਾ ਯਾਰ ਕੰਮ ਤੁਹਾਨੂੰ ਕਹੀਏ ਨਾ ਭਾਰਫ ਚਾਹ ਨੇ ਕੱਪ ਚ ਦਿੱਤੀ ਨਾ ਤੇ ਨੇ ਕਹਿਆ ਵੀ ਯਾਰ ਭਾਜੀ ਯਾਰ ਪਿਆਲੀ ਚ ਪਾ ਦਿਓ ਕਿਉਂ ਕੱਪ ਲੀਕ ਆ ਸਾਡੇ ਮਹੱਲੇ ਇੱਕ ਨਾਸ਼ਤੇ ਵਾਲਾ ਹੁੰਦਾ ਸੀ ਯੂਸਫ ਨਾਸ਼ਤੇ ਵਾਲਾ ਤਾਂ ਉਹਦਾ ਕੀ ਹੱਥ ਸੈੱਟ ਸੀ ਕਿ ਤੂੰ ਉਦੋਂ ਚਨੇ ਕਿੰਨੇ ਦੇ ਹੁੰਦੇ ਸੀ 10 ਰੁਪਏ 6 ਰੁਪਏ ਦੇ 8 ਰੁਪਏ ਦੇ 10 ਰੁਪਏ ਦੇ ਤਾਂ ਤੇ ਤੂੰ ਡੋਲਣੀ ਲੈ ਗਿਆ ਐਡੀ ਹੁਣ ਤੂੰ ਉਹ ਚ ਕਹਿਣਾ ਯੂਸਫ ਵਿੱਚ 10 ਦੇ ਚਨੇ ਪਾ ਦੇ ਉਹਨੇ ਚਨੇ ਜਿਹੜੇ ਪਾਉਣੇ ਆ ਨਾ ਉਹਦੇ ਹੱਥ ਚ ਡੋਲਣੀ ਆ ਤੇ ਤੈਨੂੰ ਇੰਜ ਲੱਗਣਾ ਕਿ ਮੇਰੀ ਡੋਲਣੀ ਭਰ ਗਈ ਆ ਇਸ ਸਟਾਈਲ ਦੇ ਨਾਲ ਉਹਨੇ ਉਹ ਖੜਕਾਉਣਾ ਉਹਨੇ ਮਤਲਬ ਇੰਜ ਦੇਖਣਾ ਕਿ 5 ਰੁਪਏ ਦਾ ਇੱਕ ਉਹ ਆ ਉਹਦਾ ਇੱਕ ਹੁੰਦਾ ਨਾ ਉਹ ਹਿਸਾਬ ਲਾਇਆ ਕਿ 5 ਰੁਪਏ ਦਾ ਇੱਕ ਆ 5 ਰੁਪਏ ਦਾ ਇੱਕ 5 ਰੁਪਏ ਦਾ ਦੋ ਉਸ ਤੋਂ ਬਾਅਦ ਉਸਤਾਦ ਉਹਦੀ ਜਿਹੜੀ ਸਪੀਡ ਸੀ ਨਾ ਤਰੀ ਦੇ ਉੱਤੋਂ ਠਗਨ ਠਗਨ ਠਗ ਤੇ ਇੰਨੀ ਇੱਕ ਤਰੀ ਆਉਂਦੀ ਸੀ ਤੇ ਠਗਨ 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 ਟਾਂ 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 ਮਾਫ਼ੀ ਦੇ ਯਾਰ ਅਸੀਂ ਵੀ ਨਾ ਸ਼ਰਾਰਤੀ ਹੁੰਦੇ ਨਾ ਬੱਚੇ ਛੋਟੇ ਛੋਟੇ ਨਹੀਂ ਪਤਾ ਹੁੰਦਾ ਕਿ ਯਾਰ ਇਹ ਗਲਤ ਆ ਜਾਂ ਹਰਾਮ ਆ ਜਾਂ ਹਲਾਲ ਆ ਫਿਰ ਇੱਕ ਮਹੱਲੇ ਚ ਹੁੰਦੇ ਨੇ ਤੇ ਉਹ ਹੁਣ ਅਸੀਂ ਜਾਣਾ ਸੀ ਸੋਦੋ ਵਾਟਰ ਪਾਰਕ ਹਾਂ ਤੇ ਸਾਡਾ ਇੱਕ ਦੋਸਤ ਹੈਗਾ ਸੀ ਸ਼ੇਖ ਉਹਨੂੰ ਅਸੀਂ ਕਹਿੰਦੇ ਸ਼ੇਖ ਚੂਈ ਉਹ ਸਾਡੇ ਸਾਰਿਆਂ ਚੋਂ ਨਾ ਅਸੀਂ ਸਾਰੇ ਪੈਂਟਾਂ ਸ਼ਰਟਾਂ ਪਾਉਣੀਆਂ ਜਾਂ ਕੋਈ ਉਦਾਂ ਤੇ ਉਹਦੀ ਇੱਕ ਆਦਤ ਸੀ ਕਿ ਉਹਨੇ ਟੈਸ਼ ਮੈਸ਼ ਹੋ ਕੇ ਆਉਣਾ ਘਰੋਂ ਮਾਇਆ ਲਈ ਸ਼ਲਵਾਰ ਕਮੀਜ਼ ਪਾ ਕੇ ਇੱਥੇ ਉਹਨੇ ਪੂਰਾ ਰੁਮਾਲ ਇੰਜ ਫਸਾ ਕੇ ਖੁਸ਼ਬੂ ਲਾ ਕੇ ਤੇ ਉਹਨੂੰ ਇੰਜ ਆਉਣਾ ਇਹ ਉਹਦਾ ਕਰੈਕਟਰ ਸੀ ਤੇ ਉਹ ਹੁਣ ਨਾ ਐਡਾ ਉੱਥੇ ਯੂਸਫ ਹੁਣ ਅਸੀਂ ਸੁਬਹਾ ਸੁਬਹਾ ਨਾ ਸੋਦੋ ਵਾਟਰ ਪਾਰਕ ਜਾਣਾ 6:30-7 ਵਜੇ ਤੇ ਸਾਡੀ ਨਾ ਉਹ ਵੈਗਨ ਆ ਰਹੀ ਹੈ ਤੇ ਅਸੀਂ ਉੱਥੇ ਖੜੇ ਹਾਂ ਤੇ ਉਹ ਨਾ ਹੁਣ ਇੱਕ ਕਰੈਕਟਰ ਮੈਂ ਵੀ ਵਿੱਚ ਆਈ ਉਬਲੇ ਆਂਡਿਆਂ ਵਾਲਾ ਨਾ ਪੂਰਾ ਉਹਦਾ ਕਪਤੀਲਾ ਹੁੰਦਾ ਸੀ ਉੱਧਰ ਖੜਾ ਹੋ ਗਿਆ ਅਸੀਂ ਉੱਧਰ ਖੜੇ ਹੋ ਗਏ ਉਹ ਸਾਹਮਣੇ ਲੂਣੇ ਚੌਲਾਂ ਵਾਲੇ ਪਤੀਲੇ ਦੇ ਕੋਲ ਖੜਾ ਹੋ ਗਿਆ ਆਹ 10 ਰੁਪਏ ਦੇ ਚੌਲ ਦੇਈ ਉਹ ਸ਼ੇਖ ਅਸੀਂ ਉਹਨੂੰ ਉੱਧਰੋਂ ਜਦੋਂ ਉਹ ਸ਼ੇਖ ਵੱਲ ਜਾਂਦਾ ਸੀ ਅਸੀਂ ਦੋ ਆਂਡੇ ਇੱਥੇ ਜੇਬਾਂ 'ਚ ਆਂਡੇ ਵੱਖੀਆਂ ਨੇ ਜੇਬਾਂ 'ਚ ਆਂਡੇ ਸਾਰਿਆਂ ਨੇ 8-8, 10-10 ਆਂਡੇ ਇੱਕ ਇੱਕ ਮੁੰਡੇ ਨੇ ਗੈਪ ਕਰ ਲਏ ਉਹਦੇ ਹੁਣ ਸ਼ੇਖ ਕੀ ਕਰ ਰਿਹਾ ਐਪ ਚੌਲਾਂ ਦਾ ਪਤੀਲਾ ਤਾਂ ਇੱਥੇ ਖੜਾ ਤੇ ਉਹਨੇ ਇੰਜ ਕਰਕੇ 10 ਦੇ ਚੌਲ ਪਾਏ ਨੇ ਹੁਣ ਸ਼ੇਖ ਨਾ ਖਾ ਰਿਹਾ 10 ਦੇ ਚੌਲ ਉਹਨੇ ਇੰਜ ਕਰਕੇ ਖਾਧੇ ਨੇ ਚੌਲ ਚਨੇ ਚੁਨੇ ਮੋਗੇ ਚੌਲ ਖਾਧੇ ਨੇ ਥੱਲੇ ਹੀ ਉਹਨੇ ਉਹ ਪੜਿਆ ਵਾ ਉਹ ਪਾਉਣ ਵਾਲਾ ਉਹ 'ਚ ਉਹਨੇ 2 ਹੋਰ ਪਾਏ ਨੇ ਆਹੋ ਉਹ ਤੋਂ ਕਹਿੰਦਾ ਆਹ ਥੋੜ੍ਹੇ ਚਨੇ ਹੋਰ ਪਾਈ ਉਹਨੇ ਇੰਜ ਕਰਕੇ ਚਨੇ ਪਾ ਦਿੱਤੇ ਫਿਰ ਖਾਣ ਲੱਗ ਪਿਆ ਖਾ ਕੇ ਫਿਰ ਥੱਲੇ ਉਹਨੇ ਉਹ ਫੜਿਆ ਉਹਦਾ ਡੋਂਗਾ 2 ਪਾ ਕੇ ਨੇ ਕਹਿੰਦਾ ਇਹ ਥੋੜ੍ਹੇ ਚਨੇ ਹੋਰ ਪਾਈ ਉਹ ਚੌਥੀ ਕੁ ਵਾਰੀ ਯੂਸਫ ਨੇ ਹਿਸਾਬ ਲਾਇਆ ਮੈਂ ਜਦੋਂ ਛੋਲੇ ਪਾਉਂਦਾ ਚੌਲ ਉਨੇ ਹੀ ਹੁੰਦੇ ਇਹ ਕੀ ਹਿਸਾਬ ਆ ਤੇ ਉਹਨੂੰ ਇੱਥੋਂ ਫੜ ਕੇ ਨਾ ਇੱਥੋਂ ਫੜ ਕੇ ਕਹਿੰਦਾ ਓਏ ਇੱਧਰ ਆ ਕੇ ਖਾ ਇੱਧਰ ਖਲੋ ਕੇ ਖਾ ਕਹਿੰਦਾ ਮਾਮਾ ਮੈਂ ਜਦੋਂ ਚਨੇ ਪਾਉਂਦਾ ਚੌਲ ਉਨੇ ਹੁੰਦੇ ਤੇ ਅਸੀਂ ਬਾਬਾ ਜੀ ਆਂਡੇ ਫਿਰ ਅਸੀਂ ਬਹਰਲ ਯਾਰ ਬਚਪਨ ਬਹੁਤ ਬਹੁਤ ਹੈ ਵੀ ਉਹਨੇ ਅੱਛਾ ਉਹਦਾ ਇੱਕ ਤਰੀਕਾ ਸੀ ਯੂਸਫ ਦਾ ਹੁਣ ਉਹਦੇ ਕੋਲ ਜਿਹੜਾ ਨਾਸ਼ਤਾ ਬਚ ਗਿਆ ਨਾ ਪਾਵੇ ਜ਼ਿਆਦਾਤਰ ਪਾਵੇ ਬਚਦੇ ਹੁੰਦੇ ਸੀ ਚਨੇ ਨਹੀਂ ਸੀ ਬਚਦੇ ਪਾਵੇ ਜਾਂ ਮੁਰਗੇ ਦਾ ਸਾਲਣ ਬਚ ਗਿਆ ਉਹਨੇ ਹਿਸਾਬ ਲਾਉਣਾ ਹੁਣ ਮੇਰੇ ਘਰ ਨਾ ਉਹਨੂੰ ਪਤਾ ਸਾਡਾ ਰਿਸ਼ਤੇਦਾਰ ਵੀ ਸੀ ਸ਼ੇਖ ਬਰਾਦਰੀ ਸੀ ਦੂਰੋਂ ਅੰਮੀ ਨੂੰ ਵੀ ਜਾਣਦਾ ਸੀ ਉਹਨੇ ਵੱਡਾ ਡੋਲ ਭਰ ਕੇ ਆ ਕੇ ਨਾ ਘਰ ਆ ਜਾਣਾ ਕੱਲਾਂ ਸਲਾਮ ਵਾਲਿਆਂ ਕਮਾ ਸਲਾਮ ਆ ਪਾਵੇ ਮੈਂ ਕਿਹਾ ਚੱਲ ਮੈਂ ਦੇ ਜਾਵਾਂ ਤੁਹਾਨੂੰ ਅੱਛਾ ਹੁਣ ਪਾਵੇ ਅਗਰ ਉਹ 1000 ਰੁਪਏ ਦੇਣਾ ਉਹਨੇ 300 ਦੇ ਜਾਣੇ ਉਹਨੇ ਘਰ ਜਾ ਕੇ ਤੇਰੇ ਘਰ ਵੜ ਕੇ ਤੇਰੀ ਅੰਮੀ ਨੂੰ ਫੜਾ ਆਉਣੇ ਆ ਕੋਈ ਨਹੀਂ ਪੈਸੇ ਆ ਜਾਣਗੇ ਰੱਖ ਲਓ ਰੱਖ ਲਓ ਰੱਖ ਲਓ ਉਹ 2 ਦਿਨ ਪਾਵੇ ਖਾ ਰਹੇ ਤੁਸੀਂ ਚਨੇ ਦੇ ਰਹੇ ਤੀਜੇ ਦਿਨ ਉਹਨੇ ਇਹਦੇ ਘਰ ਵੜ ਜਾਣਾ ਉਹ ਆ ਫੜ ਸਾਲਣ ਬਚ ਗਿਆ ਸੀ ਮੁਰਗੇ ਦਾ ਮੈਂ ਕਿਹਾ ਬੱਚਿਆਂ ਦੇ ਆਵਾਂ ਭਾਅ ਯੂਸਫ ਅਸੀਂ ਕੀ ਕਰਨਾ ਇੰਨਾ ਉਹ ਖਾ ਲਓ ਕੋਈ ਨਹੀਂ ਮੈਂ ਕਿਹੜਾ ਕੋਈ ਪੈਸੇ ਮੰਗਣ ਦੇ ਆ ਉਹਨੇ ਜਿਹੜਾ ਬਾਜਣਾ ਉਹ ਘਰਾਂ 'ਚ ਦੇ ਕੇ ਆ ਜਾਣਾ ਹਾਂਜੀ ਸਾਡੇ ਮਹੱਲੇ ਵਿੱਚ ਕਰੈਕਟਰ ਵੇਖਦਾ ਸਾਡਾ ਸ਼ੋਅ ਭੋਲਾ ਭੋਲਾ ਨਾ ਗੋਲ ਗੱਪੇ ਆਪਣਾ ਦਹੀਂ ਭੱਲੇ ਵੇਚਦਾ ਤੇ ਹੁਣ ਨਾ ਉਹ ਮੇਰੇ ਨਾਲ ਗੇੜਾ ਕਰਨ ਲੱਗਾ ਤੇ ਮੈਂ ਉਹਨੂੰ ਫੜ ਲਿਆ ਉਹ ਦਹੀਂ ਭੱਲੇ ਪਾ ਕੇ ਨਾ ਤੇ ਉਹਨੇ ਭੱਲਾ ਨਹੀਂ ਪਾਉਣਾ ਹੁੰਦਾ ਤੇ ਗੇੜਾ ਦੇ ਕੇ ਉਹਨੇ ਐਂ ਕਰਕੇ ਬੰਦ ਕਰਿਆ ਲੈ ਫੜ ਤੇ ਹੁਣ ਮੈਂ ਵੇਖਿਆ ਮੈਂ ਹਿਲਾਇਆ ਹੱਥ ਹੁੱਥ ਲਾਇਆ ਤੇ ਛਾਪਰ 'ਚ ਭੱਲਾ ਨਹੀਂ ਆਇਆ ਤੇ ਮੈਂ ਜਾ ਕੇ ਮੈਂ ਭਾ ਭੋਲੇ ਯਾਰ ਵਿੱਚ ਦਹੀਂ ਭੱਲੇ ਕਿਹਨੂੰ ਕਹਿੰਦੇ ਆ ਵਿੱਚ ਭੱਲਾ ਹੀ ਨਹੀਂ ਆਇਆ ਤੇ ਉਹਨੇ ਕਹਿਣਾ ਅੱਛਾ ਇੱਕ ਮਿੰਟ ਆਪ ਉਹਨੇ ਖੋਲਿਆ ਵੈਂਜ ਕਰਕੇ ਭਾਜੀ ਤੁਹਾਡੇ ਦਿਮਾਗ 'ਚ ਪਤਾ ਨਹੀਂ ਕੀ ਆ ਤੈਨੂੰ ਭੱਲਾ ਪਾ ਕੇ ਇਹ ਕੀ ਆ ਅੱਲਾ ਨੇ ਅੱਖਾਂ ਦਿੱਤੀਆਂ ਗੌਰ ਨਾ ਵੇਖੋ
छोटी सैकली लै के किता जानी कि खलोते हैं घंटा जरा लैके गया दे के जाएगा हूं असि दो घंटा हो गया ते हूं करना की है सैकली पैसे भी नहीं देने ते सैकली भी दे के जानी ते करना की है था जी थोड़ा पिछे उतर जाना कि जो घंटा पूरा हो जाना ना थोड़ा पिछे उतर जाना उतर के ना इंज हैंडल फड़ लेना एक हाथ ने हैंडल फड़ना दूजा गड्डी तो फड़ लेना तो स्पीड नसद नसद उसकी दुकान के अंदर क्या दौड़ वो किस टाइम वो भांडे बचनी आप गैप मेरे ना भी एक सैकली वाला वाकया होया मोटरसाइकिल वाली आई सी सैकली अगे वो लाइट भी लगी थी बड़ी टोड़ी टैप हाँ जी इदा ही लगता है वह मैं ले ली रेंट तो नवी नवी 50 रुपए का अद्धा घंटा नाल मैं 25 मैं पाए 25 मेरे कजन ने एक ने पाए असी क्या ठीक वह भाई नवी सैकली भाई साढ़े को बच गई 3,000 रुपये का नुकता हो गया बंद दिखाई हूँ असं उन्होंने देन नहीं जा रहे 1.5 घंटा हो गया वजी उन्होंने लैके उदा ही फिर रहा यार उन्हें तो रखनी नहीं मैं भाई अपने कजन को दी मैं तू उन्हू दे दे तो उन्होंने दे के तू निकल जा जान छड़ा मैं अपने मामू वाल चला गया वो भाई वो साइकिल वाले ना लैके वह भी मेरे मामू को ही आ गया कहना वो इधर गया ही उन्होंने पढ़ो मेरे को नहीं वजी अच्छा एक साल एक बंदा रेंट से दिता वा सैकल ही या मोटरसाइकिल तुम लै जाओ रेंट से उस तो बाद दवो ही ना जो आवे उन्होंने कहा यार तू पैसे लिखी जा बस 5 साल लंघ जा 10 साल लंघ जा महीने बाद देना हों जो तू वापस आना उदो पैसे देने मकान का हर महीने तू रह मकान का होंगे कि हर महीने देने नहीं हों तू 4 घंटे रखनी हर घंटे बाद दे के जाने एक मुंडा इदा चलांदा सी टाइम लिमिट ते नहीं ना हुंदी ओ पायन पता की करदा सी ओ साइकिल ही लै जांदा सी 50 रुपए दी अद्धा घंटा या घंटा उन्ने 3-4 घंटे वाणी उन्नू पता चल जाना लै भी टाइम भी हुण 3 घंटे लेट हो गए ते पैसे भी नहीं है उन्ने एवी चैन चो घुड़ी कट के कोई ना कोई फाल्ट पा के ना उन्ने कहना चाचा आवे मैं ते जलील हो गया दो मैं जदों तेरे को करदा कोई ना कोई गल10-15 साल पहलो असि दोवां ने भाईवाली ते हुण एडा सेंसियां दा मारा पी हर गल दे विच ना उहनूं यार इदा नहीं करीदा हुंदा बस अल्लाह को बरकत अल्लाह को रहमत मंगी दी ते उन्हें पता की करना उस्ताद जी हुण एदा गोश्त टंगिया वा थोड़ी देर पिछे बैठा हुंदा सी थोड़ी देर बाद कोई माई कोलों दी नंगी ना वे अल्लाह दे नां ते पुत कुछ दे दे ते उन्हें बाहर आ के ना गोश्त लाउणा थोड़ा पल्ला ते वार के अपने तों दे जा उन्हें एक पीस पूरा अद्धा दे दित्ता अल्लाह दे नां ते मैं ते हाथ जोड़ दे फरीद मैं ना छोटे होंगे ना स्कूल जो जाने से मैं अबू ना मैं अबू जी बहुत दूर मैं नहीं जाना मैंने रिक्शा लवा के अबू कहते यार कोई साइकिल वेखदा ना तो मैं दस दी मैं तुम्हें लै दंगा मैं ठीक है मैं ना महल्ले च कह दिता सारे दोस्तों यार यार मैं साइकिल लेना है तो एक साढ़े ना करैक्टर सीगा उन्हू मैं कहा मैं साइकिल लैना इतने खलो कहता मैं करदा मैं गया खैर यार तू खलो दे सही उस्ताद जी वो गया 15 मिनट बाद नवो साइकिल लै गए मेरे अगे खिला रहा लो जी फैसल साहब साइकिल लग गया जी तुम मैं हूँ वेख्या मैं क्या भैन मैं इंज का नहीं लैना मैं कोई नॉर्मल लैना वो यार तू ऐ लै नॉर्मल क्यों लैना मैं क्या नहीं यार मैं नॉर्मल लैना है यार तू किन्ने की कैपेसिटी है तेरी किन्ने मैं क्या यार मैं ना थोड़ी है किन्नी मैं क्या मैं लैना ही नहीं वो फरीद नवा चिट्टा चुट्टा लगी हैं मैं पता सी कि 3,500-4,000 का तो मेरे को 1,000 रुपया सी यार तू किन्ने देने यार मैं क्या भैन मैं नहीं लैना यार तू कह नहीं मैं क्या मैं क्या दसी किन्ने देने मैं क्या यार मैं 1,000-1,200 रुपये दे इहदा दे 1,000 मैं उहना फिर डाउट च मैं क्या नहीं यार मैं नहीं नहीं भाजी मैं नहीं लैना है तू 1,000 दे तेन मैं कहना 1,000 च ले लै मैं नहीं भाजी 500 दे चल
जेब तू जू चेक करना मैं जेब चेक की 180 रुपये चल 180 दे चल मैं क्या नहीं मैं मैं लैनी नहीं कहता कारोबार कर लिया यार वेले हुने चलो कोई ना कोई मंडी चले गए ते मंडियों असी ना एक गंडिया की बोरी एक आलू की बोरी ना एक रेहड़ी खड़ी सी साढ़े कजन अपना रिश्तेदार से असी हाथ आली रेहड़ी लई ते असी शुगर लाने लई असी कहा चलो नाले गंडे वेचने आलू वेचने हाँ नाले पैसे आणगे असी अपनियां गलियां सारे तो साढ़े अपने यार दोस्त सारे तो हुण साडा चेता भी करन दे असी उस्ताद जी हुण गलियां च वादा लाण दे ते एक गली च गए ते उहनूं हुण पता नहीं भी आलूआं दा की हिसाब हुंदा कितना वेची दे हुण वाद ला रहा कहिंदा ए ता दे ते मिठे आलू लो ते मिठे ते वेखदा ही नहीं मिठे वेखदा ही मिठे ताजा गंडे कहना लख लाख मिठे आलू नहीं वेख ताजे ते मिठे आलू ते कहना बुढ़िया नहीं आंदी मुर्गे वाले तो मैनू याद आ गया एक ना साढ़े लागे खान साहब रहिंदे उन्ने ना पाया ना अपना ओहदा मुंडा पढ़दा ना सीगा खान साहबां दा हां जी पढ़दा ना सी बहुत दलील करदा सी वारागर्दी उन्ने ना मुर्गे वाली दुकान ते शागिर्द पाता इहनू कम सिखाओ उस्ताद ने भाई उहनू हफ्ता कु दस्सिया इदां तकबीर पढ़नी आ इदां पंजे लाउणे इदां जो भी ओहदा उह भाई हफ्ता कु वेखदा रहिया विच उहने इक दो दफा कीता वी मुर्गा उह इक दिन ना उस्ताद नू किते कम पै गया कहिंदा बेटा इह तूं पिछों आ जिहड़ा थोड़ा जिहा रहि गया ना माल इह वेच उह भाई चला गया ਪਿੱਛੋਂ ਭਾਈ ਇੱਕ ਬੰਦਾ ਆਇਆ ਲੱਟਾ ਪਾ ਕੇ ਇਹ ਫੁੱਲ ਉਹ ਕਹਿੰਦਾ ਜੀ ਆਹ ਮੁਰਗਾ ਇੱਕ ਪੂਰਾ ਹੀ ਤੋਲ ਕੇ ਕਰ ਦੇ ਮੁੰਡੇ ਨੇ ਭਾਈ ਕੱਢਿਆ ਵਿੱਚੋਂ ਮੁਰਗਾ ਆਇਆ ਐਂ ਕਰਕੇ ਤਕਬੀਰ ਭਰੀ ਉਹ ਕਿਤੇ ਨਾ ਉਹਦੇ ਹੱਥ 'ਚੋਂ ਛੁੱਟ ਗਿਆ ਮੁਰਗਾ ਉਹ ਭਾਈ ਧੋਣ ਥੱਲੇ ਤੇ ਰੋਂਦਾ ਹੀ ਘਰ ਆ ਗਿਆ ਦੁਕਾਨ ਰੋਂਦਾ ਹੀ ਘਰ ਘਰ ਆਣ ਕੇ ਕਹਿੰਦਾ ਮੇਰੇ ਕੋਲ ਕਤਲ ਹੋ ਗਿਆ ਕਹਿੰਦਾ ਉਹ ਮੇਰੇ ਕੋਲ ਕਤਲ ਹੋ ਗਿਆ ਕਹਿੰਦਾ हर काम जिन्ने हुंदे साडे सिस्टम आश्रे दे सारे काम थोड़े थोड़े सिक्के ते किसे दे महीना ते किसे दे दो महीने ते गल की हुंदी सी उस्ताद नाल लड़ पिया उस्ताद ने कहा पानी दा गलास पे ते जी उहनूं कह लिया वी जा मैं नहीं पिउंदा ते आ गया हुण दर्जियां दे काम ते उहनूं 3-4 महीने ला ले ते दर्जियां दे काम ते उस्ताद जी शलवार बनाउणी सिख गया ते हुण शलवार बनाउणी सिख गया वा ते उहना हुण फिर उस्ताद नाल लड़ के घर आ गया मैं उहनूं कहा मैं कहा यार तूं इन्ना काम सिख लिया किसे होर दुकान ते तैनूं पा दिंदा ਉਹ ਕਿਸੇ ਹੋਰ ਦੁਕਾਨ ਤੇ ਦਰਜ਼ੀਆਂ ਦੇ ਮੈਂ ਕਿਹਾ ਚੱਲ ਮਿਹਨਤ ਕਰੇਗਾ ਕਿੰਨੀ ਸ਼ਲਵਾਰ ਸਿੱਖੀ ਹੈ ਤੇ ਆਪਣੀ ਦੁਕਾਨ ਪਾਈ ਤੇ ਬਾਹਰ ਲਿਖਿਆ ਯਹਾਂ ਪੇ ਸਿਰਫ ਸ਼ਲਵਾਰ ਸੀ ਜਾਤੀ ਸਾਜੀ ਸ਼ਲਵਾਰ ਬਣਾਉਣੀ ਸਿੱਖ ਗਿਆ ਤੇ ਹੁਣ ਨਾ ਉਹ ਇੱਕ ਦੁਕਾਨ ਤੇ ਬੈਠਾ ਤੇ ਉਹਦੇ ਤੇ ਮੈਂ ਬਿਠਾ ਗਿਆ ਤੇ 4 ਦਿਨ ਬਾਅਦ ਨਾ ਉਹਦਾ ਉਸਤਾਦ ਕਿਤੇ ਚਲਾ ਗਿਆ ਉਹ ਕਹਿੰਦਾ ਮੈਂ ਉਹਨਾਂ ਇੱਕ ਜਨਾਜ਼ਾ ਪੜ ਗਏ ਉਹ ਵਾਪਸ ਆਉਣ ਡਿਆ ਤੇ ਉਸ ਤੋਂ ਪਹਿਲਾਂ ਨਾ ਉਹਨੇ ਜਨਾਬ ਇੱਕ ਗਾਹਕ ਬੈਠਾ ਉਹਦੇ ਨਾਲ ਪੂਰੀ ਡੀਲ ਕਰ ਲਈ ਉਹਦਾ ਨਾਪ ਨੂੰ ਵੀ ਲੈ ਲਿਆ ਤੇ ਨਾਪ ਕਾਹਦਾ ਲਿਆ ਸਿਰਫ ਸ਼ਲਵਾਰ ਦਾ ਆਪਣਾ ਫੜ ਲਿਆ ਸੂਟ ਉਹਨੇ ਕਿਹਾ ਭਾਜੀ ਸਿਰਫ ਸ਼ਲਵਾਰ ਫੜੀ ਆ ਕਮੀਜ਼ ਕਹਿੰਦਾ ਉਹ ਅੱਗੇ ਇੱਕ ਬੰਦਾ ਉਹ ਦੇਖੋ ਕਮੀਜ਼ ਮੈਂ ਗੱਲੀ ਸ਼ਲਵਾਰ ਹੀ ਸੀ ਸਾਜੀ ਸਾਡੇ ਨਾ ਚਾਲ ਦੇ ਨਾ 6 ਨੰਬਰ ਗਲੀ ਇੱਕ ਹੈਗੀ ਅਜੇ ਵੀ ਹੈ ਵੇ ਤੇ ਮੁੰਡਾ ਕੰਮ ਕਰ ਰਿਹਾ ਅੱਲਾ ਜ਼ਿੰਦਗੀ ਕਰੇ ਉਹਦੀ ਉਹ ਸਾਡੀ ਹੁਣ ਉਹ ਇਲੈਕਟ੍ਰੀਸ਼ੀਅਨ ਨਹੀਂ ਜਿਹੜੇ ਹੁੰਦੇ ਉਹ ਟੀਵੀ ਵੀਸੀਆਰ ਫਰਿੱਜਾਂ ਇਹ ਉਹ ਸਾਰਾ ਕੁਝ ਹੀ ਕਰਦੇ ਸੀਗੇ ਤੇ ਹੁਣ ਇੱਕ ਬੈਠਕ ਦੇ ਵਿੱਚ ਹੀ ਨਾ ਕਰੈਕਟਰ ਨੇ ਦੁਕਾਨ ਬਣਾਈ ਤੇ ਉਹ ਜਿਹੜਾ ਬੈਠਕ ਦਾ ਮਾਲਕ ਸੀ ਨਾ ਉਹਨੇ ਆਪਣੇ ਪੁੱਤਰ ਨੂੰ ਉਹਦਾ ਸ਼ਾਗਿਰਦ ਕਰਾਤਾ ਕਿ ਇਹਨੂੰ ਵੀ ਕਰਾ ਦਿਓ ਕੰਮ ਕਿਰਾਏਦਾਰ ਦਾ ਹੀ ਕਿਰਾਏਦਾਰ ਦੇ ਨਾ ਸ਼ਾਗਿਰਦ ਕਰਾਤਾ ਤੇ ਹੁਣ ਉਹ ਜਿਹੜਾ ਮੁੰਡਾ ਫਰੀਦ ਬਈ ਮੈਂ ਉਹ ਵੇਖ ਕੇ ਨਾ ਫਖਰ ਕਰਨਾ ਕਿ ਯਾਰ ਕਿਆ ਬਾਤ ਹੈ ਸ਼ਾਗਿਰਦ ਇੰਜ ਦਾ ਉਹਨੇ ਆਪਣੇ ਉਸਤਾਦ ਨੂੰ ਕੁੱਟਣਾ ਜੇ ਉਹ ਇੰਜ ਨਜ਼ਰ ਲਾਣੀ ਉਸਤਾਦ ਜੀ ਇੰਜ ਖਾਣਾ ਵੀ ਖਵਾਉਣ ਡਿਆ ਇੰਜ ਕਰਕੇ ਹੁਣ ਵਕਤ ਲੰਘਦਾ ਗਿਆ ਤੇ ਉਹ ਕੰਮ ਨਾ ਹੁਣ ਮੁੰਡਾ ਸਿੱਖ ਗਿਆ ਠੀਕ ਹੈ
ਆਪਣੇ ਘਰ ਦੀ ਬੈਠਕ ਆਪਣੇ ਘਰ ਦੀ ਬੈਠਕ ਜੀ ਤੇ ਦੁਕਾਨ ਵੀ ਉਹਨਾਂ ਦੀ ਬੜੀ ਮਸ਼ਹੂਰ ਚਾਲ ਤੇ ਠੀਕ ਦੁਕਾਨ ਵੀ ਮਸ਼ਹੂਰ ਤੇ ਕਹਿੰਦਾ ਉਸਤਾਦ ਜੀ ਹੁਣ ਅਗਲੇ ਮਹੀਨੇ ਨਾ ਮਕਾਨ ਇਸ ਦੁਕਾਨ ਤੁਸੀਂ ਨਾ ਛੱਡ ਦੇਣੀ ਹੈ ਕਹਿੰਦਾ ਕਿਉਂ ਬੇਟਾ ਮੇਰਾ ਨਾ ਉਹ ਵਿਆਹ ਕਰਨਾ ਉਹਨਾਂ ਨੇ ਤੇ ਉਹ ਨਾ ਅਸੀਂ ਸਮਾਨ ਸਮੂਹ ਉਹ ਕਹਿੰਦਾ ਤੇ ਅਸੀਂ ਕਿੱਥੇ ਉਸਾਈ ਜਿੱਥੇ ਮਰਜ਼ੀ ਰਹੋ ਸਾਡੇ ਵੀ ਟੈਂਸ਼ਨ ਤੁਸੀਂ ਚੱਲ ਜਾਣਾ ਬਸ ਠੀਕ ਹੈ ਤੇ ਉਹਦਾ ਯਾਰ ਫਰੀਦ ਉਹਦੇ ਉਸਤਾਦ ਨੇ ਨਾ ਸਮਾਨ ਸਮੂਹ ਚੁੱਕਿਆ ਠੀਕ ਹੈ ਇਹ ਜਿਹੜੀ ਨਿਭ ਗਈ ਠੀਕ ਹੈ ਉਸਤਾਦ ਜੀ ਹਜੇ ਕਿ ਉਹ ਇੰਨੇ ਦਾਅਵੇ ਕਰਦਾ ਸੀ ਕਿ ਦੁਕਾਨ ਤੁਹਾਡੀ ਜਾਨ ਤੁਹਾਡੀ ਇਹ ਵੋ ਫਲਾਣ ਸਾਰਾ ਕੁਛ ਤੁਹਾਡਾ ਤੇ ਉਹਦੇ ਉਸਤਾਦ ਨੇ ਨਾ ਹੁਣ ਪਰੇ ਕਿਤੇ ਵਿਚਾਰੇ ਨੂੰ ਦੁਕਾਨ ਤੋਂ ਮੁੰਨ ਲੂਈ ਹੁਣ ਨਾ ਉਹਨੇ ਆਪਣੇ ਜਿੱਥੇ ਦੁਕਾਨ ਸੀ ਨਾ ਉਹਦੇ ਸਾਹਮਣੇ ਇੱਕ ਦੁਕਾਨ ਖਾਲੀ ਸੀਗੀ ਤੇ ਉਹ ਮੁੰਡੇ ਨੇ ਕਿਆ ਕਹਿੰਦਾ ਉਸਤਾਦ ਨੂੰ ਨਹੀਂ ਦੇਣੀ ਠੀਕ ਹੈ ਤੇ ਅੱਜ ਵੀ ਉਹ ਦੁਕਾਨ ਨੂੰ ਮੁੰਡਾ ਚਲਾਉਣ ਡਿਆ ਵਾ ਉਸਤਾਦ ਨੂੰ ਨਹੀਂ ਬਣਾਉਂਦੇ ਉਸਤਾਦ ਵਿਚਾਰਾ ਮੰਡੀ ਆਣ ਦਾ ਕੰਮ ਕਰਦਾ ਹੀ ਨਹੀਂ ਬੜੇ ਬੜੇ ਅੱਛੇ ਸ਼ਗਿਰਦ ਲੱਭੇ ਜਾਂਦੇ ਉਹਨੇ ਨੀ ਕਹਿੰਦਾ ਮੈਂ ਕਿਹਾ ਯਾਰ ਤੂੰ ਆਪਣੇ ਉਸਤਾਦ ਵੀ ਕਰਦਾ ਯਾਰ ਕਹਿੰਦਾ ਫੈਜ਼ਲ ਕੀ ਕਰਦੇ ਯਾਰ ਜੀ ਅਸੀਂ ਨੀ ਕਰਨਾ ਕਹਿੰਦਾ ਨਾਲ ਦੋ ਕੁ ਮੁੰਡੇ ਦੇ ਦਿੱਤੇ ਤੇ ਉਹ ਵੀ ਮਤਲਬ ਬਤਾਈ ਟੈਪ ਉਹਨਾਂ ਨੂੰ ਕੰਮ ਨਹੀਂ ਸੀ ਆਉਂਦਾ ਤੇ ਉਹਨਾਂ ਨੇ ਇੱਕ ਕੰਮ ਫੜ ਲਿਆ ਤਿੰਨਾਂ ਜਾਣਿਆਂ ਸੂਈ ਗੈਸ ਦੀ ਤੇ ਪਾਣੀ ਦੀ ਫਿਟਿੰਗ ਕਰਨੀ ਜੀ ਜੈਨੂਇਨ ਗੱਲ ਸੂਈ ਗੈਸ ਦੀ ਤੇ ਪਾਣੀ ਦੀ ਫਿਟਿੰਗ ਕਰਨ ਗਏ ਆ ਪੂਰੇ ਘਰ ਚ ਇਹਨਾਂ ਫਿਟਿੰਗ ਫੇਰ ਦਿੱਤੀ ਵਾਸ਼ਰੂਮ ਚ ਵੀ ਤੇ ਉਧਰੋਂ ਜਨਾਬ ਇੱਕ ਪੈਪ ਲਾ ਕੇ ਨਾ ਕਿਚਨ ਨੂੰ ਵੀ ਦੇ ਦਿੱਤਾ ਤੇ ਹੁਣ ਮਾਲਕ ਆਇਆ ਵਾਪਸ ਉਹਨਾਂ ਮਾਲਕ ਨੇ ਕਹਿੰਦਾ ਭਾਜੀ ਚੈੱਕ ਕਰ ਲਓ ਉਹ ਅੰਦਰ ਗਿਆ ਉਹਨੇ ਜਾ ਕੇ ਚੁੱਲ੍ਹਾ ਖੋਲਿਆ ਤੇ ਵਿੱਚ ਫੁਹਾਰਾ ਪਾਣੀ ਤੇ ਵਾਹ ਟੂਟੀ ਖੋਲੀ ਤੇ ਉਹਦੇ ਚੋਂ ਗੈਸ ਦੀ ਜੁੱਤੀ ਪਾਉਣ ਨਿਕਲੋ ਚੁੱਲ੍ਹਾ ਫੜ ਕੇ ਪੁੱਟਾ ਕਰਕੇ ਉਹਦਾ ਸ਼ਾਵਰ ਬਣਾਇਆ ਉਹਨਾਂ ਨੇ ਜਿੱਥੇ ਚੁੱਲ੍ਹਾ ਸੀ ਨਾ ਉੱਥੇ ਇੰਜ ਕਰਕੇ ਪੁੱਠੇ ਚੁੱਲ੍ਹਾ ਲਾਇਆ ਤੇ ਵਾਸ਼ਰੂਮ ਦੀ ਜਿੱਥੇ ਟੁੱਟੀ ਸੀ ਨਾ ਉੱਥੇ ਨਾਲ ਚੁੱਲ੍ਹਾ ਲੱਗ ਗਿਆ ਰੋਟੀ ਕਰ ਗੈਸ ਨਾਲ ਡਰਮ ਭਰ ਗਿਆ ਜਿੱਥੇ ਟੂਪ ਲਾਈ ਦੀ ਉੱਥੇ ਬੰਦੇ ਕੋਲ ਕੇ ਨਾ ਆਉਂਦੇ ਸਾਰੀ ਗੈਸ ਵਾਲੀ ਜਗ੍ਹਾ ਤੇ ਪਾਣੀ ਆ ਰਿਹਾ ਸਹੀ ਗੱਲ ਆਪਣੀ ਵੱਲੋਂ 3 ਘੰਟੇ ਮੋਟਰ ਚਲਾ ਕੇ ਤੇ ਟੈਂਕੀ ਭਰ ਗਈ ਹੈ ਤੇ ਪਾਣੀ ਨਹੀਂ ਆ ਰਿਹਾ ਤੇ ਟੈਂਕੀ ਗੈਸ ਨਾਲ ਭਰੀ ਹੈ ਤੇ ਉੱਤੇ ਜਾ ਕੇ ਨਾ ਤੀਰੀ ਬਾਲ ਕੇ ਵੇਖਣ ਲੱਗੇ ਤੇ ਪਾਣੀ ਕਿੱਧਰ ਗਿਆ ਟੈਂਕੀ ਵੀ ਬੰਦਾ ਆ ਕੇ ਕਹਿਣ ਡਿਆ ਬੇਟਾ ਮਾਂ ਤੁਹਾਡੀ ਕਿੱਥੇ ਕਹਿੰਦੇ ਪਾਪਾ ਉਹ ਵਾਸ਼ਰੂਮ ਦੇ ਵਿੱਚ ਬਰਗਰ ਬਣਾਉਣ ਡਈ ਤੇ ਫਿਰ ਕਿਚਨ ਦੇ ਵਿੱਚੋਂ ਨਾ ਆਵਾਜ਼ ਆ ਰਹੀ ਉਹ ਤੌਲੀਆ ਬਣਾ ਦੇ ਤੇ ਜਿਹੜਾ ਪ੍ਰਾਹੁਣਾ ਆ ਰਿਹਾ ਉਹ ਪਾਗਲ ਹੋ ਗਿਆ ਕੀ ਹੋ ਰਿਹਾ ਇਹਨਾਂ ਦੇ ਘਰ ਚ ਹੋ ਕੀ ਰਿਹਾ ਇੱਕ ਹੀਟਰ ਥੱਲੇ ਭਾਂਡੇ ਧੋਣ ਵਾਲੇ ਰੱਖੇ ਹੋਏ ਸਹੀ ਗੱਲ ਪ੍ਰਾਹੁਣਾ ਬੈਠਾ ਵਾ ਤੇ ਹੁਣ ਵਾਸ਼ਰੂਮ ਦੇ ਵਿੱਚੋਂ ਸਾਲਣ ਆ ਰਿਹਾ ਬਾਹਰ ਨੰਗਣ ਦੇ ਕਹਿੰਦਾ ਯਾਰ ਪਾਣੀ ਪਿਆ ਤੇ ਕਹਿੰਦਾ ਜਾ ਅੰਦਰੋਂ ਚੁੱਲ੍ਹੇ ਚੋਂ ਪਾਣੀ ਭਰ ਕੇ ਲਿਆ ਚੱਲ ਗਿਆ ਕਹਿੰਦਾ ਮੈਂ ਨੀ ਪੀਣਾ ਮੋਟਰ ਬੰਦ ਕਰੋ ਕਹਿੰਦੇ ਸਿਲੰਡਰ ਬੰਦ ਕਰ ਅੱਛਾ ਕਿਚਨ ਦੇ ਵਿੱਚ ਕੋਈ ਵੜਨ ਲੱਗਾ ਪ੍ਰਾਹੁਣਾ ਤੇ ਅੰਦਰੋਂ ਉਹਨੇ ਦਰਵਾਜ਼ਾ ਮਾੜਾ ਜਿਹਾ ਖੋਲਿਆ ਤੇ ਅੰਦਰੋਂ ਦਰਵਾਜ਼ਾ ਕਿਸੇ ਨੇ ਦੋਤੀ ਬੰਦ ਕਰ ਗਿਆ ਕਿਚਨ ਦੇ ਵਿੱਚ ਹੈ
ਮੁੰਡੇ ਦਾ ਵਿਆਹ ਵਾ ਤੇ ਉਹਨੇ ਕਿਹਾ ਮੁੰਡੇ ਨੂੰ ਨਵਾ ਲਵੋ, ਕਹਿੰਦੇ ਕਿਚਨ ਚ ਵੜਿਆ ਖਾ ਰਹੇ ਲਾਉਂਦੇ ਅੱਛਾ ਵਾਸ਼ਰੂਮ ਦੇ ਵਿੱਚ ਉਹਨੇ ਚਮਚੀਆਂ ਟੰਗੀਆਂ ਵਾ ਤੇ ਕਿਚਨ ਦੇ ਵਿੱਚ ਸ਼ੀਸ਼ਾ ਲਾਇਆ ਵੱਡਾ ਜਿੱਥੇ ਜਿੱਥੇ ਚਮਚੀਆਂ ਨੀ ਟੰਗੀ ਦੀਆਂ ਉੱਥੇ ਸੇਫਟੀ ਟੰਗੀ ਸਾਬਣ ਲੱਗਿਆ ਯਾਰ ਮੇਰੇ ਮੌਲਾ ਮਸਾਲੇ ਵਾਲੀਆਂ ਡੱਬੀਆਂ ਨੀ ਜਿੱਥੇ ਛੇ ਇਕੱਠੀਆਂ ਪਈਆਂ ਹੁੰਦੀਆਂ ਉੱਥੇ ਟੂਥਪੇਸਟ ਬੁਰਸ਼ ਹੱਥ ਧੋਣ ਵਾਲਾ ਸਾਬਣ ਸਹੀ ਗੱਲ ਅੱਲਾ ਮਾਫੀ ਵਾਸ਼ਰੂਮ ਕਿਚਨ ਦੇ ਵਿੱਚੋਂ ਬੱਚਿਆਂ ਦੀ ਆਵਾਜ਼ ਆ ਰਹੀ ਹੈ ਮੀਂਹ ਧੋ ਦਿਓ ਤੇ ਪ੍ਰਾਹੁਣੇ ਵੇਖ ਕੇ ਤੇ ਕਹਿੰਦੇ ਯਾਰ ਕਿਹੜਾ ਇਹਦਾ ਘਰ ਆ ਵਾਸ਼ਰੂਮ ਚ ਆਵਾਜ਼ ਆਵੇ ਅੱਜ ਵੇਖ ਲੈ ਇਹਨੇ ਸਾਰੀ ਵਾਸ਼ਰੂਮ ਚ ਕੈਚਪ ਰੋੜਤੀ ਤੇ ਮਾਂ ਕੁੱਟਣ ਦਈ ਬੱਚੇ ਨੂੰ ਤੇ ਪਿਓ ਕਹਿੰਦਾ ਕੀ ਹੋਇਆ ਇਹਨੂੰ 36 ਵਾਰੀ ਕਿਹਾ ਵਾ ਵੀ ਜਦੋਂ ਕਿਚਨ ਚੋਂ ਨਿਕਲੇ ਪਾਣੀ ਰੋੜ ਕੇ ਨਿਕਲੇ ਲੱਖ ਰੁਪਏ ਲਾ ਕੇ ਕੰਨਾਂ ਪਟਾ ਕੇ ਸਾਰਾ ਵੈਰਿੰਗ ਦੁਬਾਰਾ ਉਹਨੇ ਉੱਤੋਂ ਉਹਦੇ ਡਿਜ਼ਾਇਨ ਵੀ ਉਦੋਂ ਦੇ ਸ਼ਲਫ ਪੈ ਗਈ ਕਿਚਨ ਚ ਸ਼ਲਫ ਉਹਨੇ ਕਿਹਾ ਉਲਟਾ ਹੀ ਕਰ ਲੋ ਇਹਨੂੰ ਹੈ ਓਵਨ ਖਰਾਬ ਹੋ ਗਿਆ ਤੇ ਬਾਹਰ ਬਿਜਲੀ ਲਾਇਆ ਤੂੰ ਕਹਿੰਦਾ ਹਾਂਜੀ ਓਵਨ ਕਹਿੰਦੇ ਵਾਸ਼ਰੂਮ ਚ ਕਹਿੰਦਾ ਭਾਜੀ ਓਵਨ ਦੱਸੋ ਕਿੰਨੇ ਭਾਜੀ ਵਾਸ਼ਰੂਮ ਚ ਪ੍ਰਾਹੁਣੇ ਆਏ ਤੇ ਉਹਨਾਂ ਨੂੰ ਕਿਚਨ ਚ ਵਾੜ ਵਾੜ ਕੇ ਕਹਿੰਦੇ ਫਰੈਸ਼ ਹੋ ਲਓ ਤੁਸੀਂ ਫਰੈਸ਼ ਹੋ ਲਓ ਆਹ ਉਸਤਾਦ ਜੀ ਮੈਨੂੰ ਨਾ ਉੱਥੇ ਦੁਕਾਨ ਤੇ ਅਸੀਂ ਬੈਠੇ ਹੁੰਦੇ ਸੀ ਅਕਸਰ ਤੇ ਸਾਨੂੰ ਕੋਈ ਕੰਮ ਨਹੀਂ ਸੀ ਹੁੰਦਾ ਤੇ ਸ਼ੁਗਲ ਮੇਲਾ ਸਾਡੀ ਦੁਕਾਨ ਦੇ ਸਾਹਮਣੇ ਟਿੱਕਿਆਂ ਵਾਲੀ ਦੁਕਾਨ ਸੀ ਤੇ ਮੈਨੂੰ ਨਾ ਉਹ ਟਿੱਕਿਆਂ ਵਾਲਾ ਕਹਿੰਦਾ ਯਾਰ ਕੋਈ ਮੁੰਡਾ ਵੇਖ ਯਾਰ ਇੱਕ ਵਿਆਹ ਵਾ ਤੇ ਉੱਥੇ ਉਹਨਾਂ ਨੇ ਕਿਹਾ ਟਿੱਕੇ ਕਬਾਬ ਲਾਉਣੇ ਤੇ ਮੈਂ ਕਿਹਾ ਕਿਹੜੇ ਲਾਉਣੇ ਮੈਂ ਦਿਹਾੜੀ ਕਹਿੰਦਾ 800 ਰੁਪਈਆ ਦਿਆਂਗਾ ਮੈਂ ਕਿਹਾ ਓਕੇ ਟਿੱਕਾ ਪਰੋਇਆ ਤੇ ਉਂਗਲ ਦੇ ਵਿੱਚੋਂ ਸੀ ਕੱਢ ਲਈ ਤੇ ਉਂਗਲ ਸਮੇਤ ਦੇ ਉੱਤੇ ਰੱਖੀ ਹੈ ਹਾਂਜੀ ਉੱਥੇ ਭੁੰਨ ਰਿਹਾ ਉਸਤਾਦ ਜੀ ਅਨਨੋਨ ਬੰਦਾ ਨਹੀਂ ਲਾ ਸਕਦਾ ਨਾ ਟਿੱਕਾ ਨਾ ਕਵਾਬ ਉਹ ਸੁਣਨ ਸਹੀ ਮੈਂ ਤੁਸੀਂ ਲਾਣਾ ਤੋਂ ਸਾਰਾ ਅੱਗ ਜ ਉਹ ਸ਼ਾਦੀ ਸੀ ਬੜੀ ਮਜ਼ੇ ਵਾਲੀ ਉਹਨਾਂ ਵੱਡੇ ਪਾਰਕ 'ਚ ਅਰੇਂਜ ਕੀਤਾ ਤੇ ਸਾਈਡ ਤੇ ਨਾ ਉਸਤਾਦ ਜੀ ਉਹਨਾਂ ਉਹ ਭੱਠੀਆਂ ਜੀਆਂ ਟਿੱਕੇ ਕਬਾਬਾਂ ਵਾਲੀਆਂ ਲਾਈਆਂ ਹੁਣ ਉਹ ਆਇਆ ਤੇ ਉਹਨੇ ਨਾ ਭਾਜੀ ਪਹਿਲੋਂ ਕਹਿੰਦਾ ਮਸਾਲਾ ਬਣਾ ਫਰੀਦ ਤੇ ਮੈਂ ਹੁਣ ਵੇਖਿਆ ਵੀ ਮਸਾਲਾ ਕੀ ਬਣਾਉਣਾ ਵਾ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਮੈਨੂੰ ਥੋੜ੍ਹਾ ਜਿਹਾ ਭੁੱਲ ਗਿਆ ਵਾ ਤੂੰ ਇੱਦਾਂ ਕਰ ਬਣਾ ਕੇ ਬਸ ਰੱਖ ਜਾ ਬਾਕੀ ਮੈਂ ਲਾ ਦਿਆਂਗਾ ਉਹਨੇ ਉਸਤਾਦ ਜੀ ਘੋਲਿਆ ਮਸਾਲਾ ਮਸੂਲਾ ਬਣਾਇਆ ਤੇ ਉਹ ਕੁਛ ਯਾਰ ਸਮਾਨ ਲੈਣ ਚਲਾ ਗਿਆ ਕਹਿੰਦਾ ਤੂੰ ਨਾ ਇੱਦਾਂ ਕਰ ਟਿੱਕੇ ਨਾ ਸੀਖਾਂ ਲਾ ਕੇ ਤੇ ਕਬਾਬ ਜਿਹੜੇ ਸੀਖਾਂ ਲਾ ਕੇ ਤਾਂ ਕੋਈ 50 ਰੱਖ ਦੇ ਮੈਂ ਕਿਹਾ ਓਕੇ ਉਸਤਾਦ ਜੀ ਮੈਂ ਹੁਣ ਮੇਰੇ ਦਿਲ 'ਚ ਵੀ ਫੜਨਾ ਵਾ ਉਹਨੂੰ ਐਂ ਕਰਨਾ ਸੀਖ ਤੇ ਚੜਾ ਦੇਣਾ ਉਹ ਗੋਸ਼ਤ ਹੀ ਆ ਬੜਾ ਟ੍ਰਿਕ ਹੁੰਦਾ ਉਸਤਾਦ ਜੀ ਮੈਂ ਕਰਕੇ ਨਾ 18 ਕੁ ਸੀਖਾਂ ਨਾ ਮੈਂ ਲਾ ਕੇ ਨਾ ਜੀ ਵਿਛਾ ਕੇ ਨਾ ਤੇ ਇੱਧਰੋਂ ਫੋਨ ਕਰਨ ਨੂੰ ਲਾਇਆ ਤੇ ਮੈਂ ਇਹਨੂੰ ਨਿਕਲ ਗਿਆ ਵੀ ਆਏਗਾ ਤੇ ਮੈਂ ਇਹਨੂੰ ਤੁਲ ਦਿਆਂਗਾ ਤਾਂ ਜੀ ਉੱਤੋਂ ਉਹ ਆ ਗਿਆ ਉਹਨੇ ਆੜ ਕੇ ਵੇਖਿਆ ਤੇ ਉਹ ਨਾ ਪਿੱਛੋਂ ਅੱਗ ਦਾ ਭਾਂਬੜ ਨਿਕਲ ਕਹਿੰਦਾ ਗੱਲ ਸੁਣ ਮੈਂ ਕਹਿੰਦੀ ਹੋਣ ਡਿਆ 2 ਮਿੰਟ ਠਹਿਰ ਜੀ ਕਹਿੰਦਾ ਹੋ ਗਿਆ ਮੈਂ ਕਿਹਾ ਕੀ ਹੋਇਆ ਉਹ ਸਾਰਾ ਗੋਸ਼ਤ ਕਹਿੰਦਾ ਸੜ ਗਿਆ ਮਾਮਾ ਉਹ ਸਾਰੀਆਂ ਵਿੱਚ ਜਨਾਬ ਸੀਕਾ ਸਾਡੇ ਨਾ ਸਾਡੇ ਮੰਦਰਪੁਰ ਅੱਡੇ ਤੇ ਨਾ ਸੱਚੀ ਮੁੱਚੀ ਨਾ ਕਸਾਈ ਨੇ ਬੱਕਰਾ ਕੀਤਾ ਬੱਕਰਾ ਜਦੋਂ ਉਹਦੀ ਜਦੋਂ ਆ ਜਿਹੜੀ ਹੱਡੀ ਵਗੈਰਾ ਜਾਂ ਜਿਹੜੀ ਉਹਦੀ ਕੱਟੀ ਜਾਂਦੀ ਨਾ ਪਿੱਛੇ ਸਿਰਫ ਆ ਮਾਸ ਰਹਿ ਜਾਂਦਾ ਵਾ ਇੰਨੀ ਕੁ ਇਹਤਿਆਤ ਦਾ ਉਹਨੂੰ ਕੱਟੀਦਾ ਕਿ ਗਰਦਨ ਲੈਦਾ ਨਾ ਹੋ ਜਾਵੇ ਤੇ ਉਹ 28 ਸੀ ਤੇ ਉਹਨੇ ਇੰਜ ਕਰਕੇ ਫਿਰ ਅੱਲਾਹੁ ਅਕਬਰ ਬਿਸਮਿਲਾ 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 ਤੇ ਠੱਕ ਤੇ ਧੌਣ ਲੈਦਾ ਹੋ ਗਈ ਤੇ ਕਹਿੰਦਾ ਓ ਸ਼ਿਟ ਉਸਤਾਦ ਜੀ ਉਹਨਾਂ ਨੇ ਉਹ ਧੋਤਾ ਕਿ ਮਾਮਾ ਸਾਡਾ ਬੱਕਰਾ ਲੈ ਕਹਿੰਦਾ ਓ ਸ਼ਿਟ ਯਾਰ ਇੱਕ ਵਹਿਲਾ ਕਰਨ ਚਲੇ ਗਏ ਮੈਂ ਵੈਸੇ ਨਾਲ ਠੀਕ ਹੈ ਹੁਣ ਕਸਮ ਵਾਲੀ ਗੱਲ ਆ ਕਿਸੇ ਲਈ ਆਉਂਦੀ ਸੀ ਜਿਹੜਾ ਪਹਿਲਾਂ ਯੂਟਿਊਬ ਤੇ ਵੇਖਿਆ ਕੁਰਬਾਨੀ ਕਾ ਤਰੀਕਾ ਤੇ ਉਹ ਕਰੈਕਟਰ ਰੋਲ ਅਸੀਂ ਸਾਰੇ ਅਨਨੋਨ ਸਿਰਫ ਇੱਕ ਬੰਦੇ ਨੂੰ ਪਤਾ ਸੀਗਾ ਥੋੜਾ ਬਹੁਤਾ ਹੁਣ ਇੱਕ ਕਹਿੰਦਾ ਕਿ ਤੁਸੀਂ ਅੱਗੋਂ ਸ਼ੁਰੂ ਹੋ ਤੇ ਮੈਂ ਪਿੱਛੇ ਸ਼ੁਰੂ ਹੋਣਾ ਉਹਨੇ ਨਾ ਉਹ ਅੱਗੋਂ ਕਿਹੜੇ ਸ਼ੁਰੂ ਹੋਏ ਲਾ ਉਹ ਪਿਛਲੇ ਕਰੈਕਟਰ ਨੇ ਉਹਨੂੰ ਪੂੰਛ ਲਾ ਤੀ ਠੀਕ ਹੁਣ ਜਿਹੜਾ ਓਰੀਜਨਲ ਕਸਾਈ ਸੀ ਉਹ ਆ ਕੇ ਕਹਿੰਦਾ ਉਹ ਯਾਰ ਆ ਕੀ ਕੀਤਾ ਤੁਸੀਂ ਪਤਾ ਲੱਗ ਗਿਆ ਕਿਵੇਂ ਕਹਿੰਦੇ ਇੱਕ ਕਰੈਕਟਰ ਨੂੰ ਉਸਤਾਦ ਜੀ ਬਿਠਾ ਦਿੱਤਾ ਉੱਥੇ ਕਿ ਤੂੰ ਪੂੰਛ ਜਲ ਕੇ ਨਾ ਬੈਠਾ ਰਹਾ ਸਿਰਫ ਮਾਲ ਕਰੂ ਕਿਹੜਾ ਦੇੜਾ ਪੂੰਛ ਫੜ ਕੇ ਬੈਠਾ ਰਹਾ ਉਹ ਬੇਚਾਰਾ ਬੈਠਾ ਹੋਇਆ ਚਲੇ ਕੁਰਬਾਨੀ ਕੀਤੀ ਨਹੀਂ ਨਹੀਂ ਕੁਰਬਾਨ ਉਹਨੂੰ ਉਹ ਫੇਰ
ਕਰ ਤਕਬੀਰ ਆਹੋ ਤੇ ਮਾਲਕ ਚਲਾ ਗਿਆ ਤੇ ਕਹਿੰਦਾ ਬਾਕੀ ਦਾ ਕਰੋ ਤੇ ਉਹ ਪਿਛਲੇ ਕਰੈਕਟਰ ਨੇ ਉਹਦੀ ਪੂੰਛ ਲਾ ਦਿੱਤੀ ਕਹਿੰਦਾ ਮੈਂ ਇਧਰੋਂ ਸ਼ੁਰੂ ਕਰਾ ਗਿਆ ਤੇ ਤੂੰ ਉਧਰੋਂ ਕਰੀ ਤੇ ਆਪਾਂ ਰਸਤੇ ਚ ਕਿਤੇ ਮਿਲ ਲਾਂਗੇ ਠੀਕ ਹੈ ਦਰਮਿਆਨ ਜਾ ਕੇ ਪੂੰਛ ਫੜ ਕੇ ਬੈਠਾ ਤੇ ਮਾਲਕ ਉਹਨੂੰ ਆ ਕੇ ਕਵੇ ਯਾਰ ਐ ਤੂੰ ਇੱਧਰ ਬੈਠਾ ਤੁਸੀਂ ਇੱਧਰ ਆ ਕੇ ਬੈਠਾ ਕਰੋ ਕਹਿੰਦਾ ਨਹੀਂ ਨਹੀਂ ਇਹਨੂੰ ਬੈਠਾ ਰਹਿਣ ਦੋ ਤਕਬੀਰ ਪਰੀ ਸੁੱਟਿਆ ਵਿੱਚ ਉਹਨੂੰ ਫੋਨ ਆ ਗਿਆ ਫੋਨ ਸੁਣਦਾ ਸੁਣਦਾ ਨਾ ਬਾਹਰ ਚਲਾ ਗਿਆ ਉਹ ਭਾਈ ਕਿਤੇ ਪੈਰ ਪੂਰ ਮਾਰ ਕੇ ਨਾ ਮੁਰਗਾ ਬਾਹਰ ਆ ਗਿਆ ਤੇ ਫੋਨ ਸੁਣ ਕੇ ਦੁਕਾਨ ਚ ਆਇਆ ਉਹਨੇ ਪੂਰੀ ਦੁਕਾਨ ਹੀ ਕੂਨੋ ਕੂਨ ਕੀਤੀ ਇੱਦਾਂ ਹੀ ਫੋਨ ਕੱਟ ਕਰ ਕਹਿੰਦਾ ਕੀ ਹੋ ਗਿਆ ਸਾਜੀ ਹੁਣ ਇੱਕ ਗਾਣਾ ਸੀਗਾ ਕਿਹੜਾ ਗਾਣਾ ਸਾਜੀ ਮੇਰੀ ਵਾਈਫ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਲਾਜ਼ਮੀ ਸੁਣਾਉਣਾ ਹੈਗਾ ਸਾਜੀ ਜੇ ਤੁਹਾਡੀ ਇਜਾਜ਼ਤ ਜੀ ਜੀ ਸੁਣਾਓ ਭਾਜੀ ਸੁਣਾਓ ਸਾਰੇ ਪਮਾ ਗਧਰ ਸਾਨੀਦਾ ਨੀ ਸਾ ਕਾਲਕਾ ਹੋ ਕਾਲਕਾ ਕਾਲਕਾ ਹੋ ਕਾਲਕਾ ਸੋ ਰੱਬ ਦੀ ਕਾਲਕਾ ਹੋ ਕਾਲਕਾ ਸੋ ਰੱਬ ਦੀ ਤੇਰੇ ਨਾਲ ਮੈਨੂੰ ਤੁਰ ਤੁਰ ਮੇਰੇ ਨਾਲ ਤੈਨੂੰ ਤੁਰ ਤੁਰ ਤੇਰੇ ਨਾਲ ਮੈਨੂੰ ਮੇਰੇ ਨਾਲ ਤੈਨੂੰ 100% ਪਿਆਰ ਉਰੀ ਬਾਬਾ ਉਰੀ ਬਾਬਾ ਉਰੀ ਬਾਬਾ ਓ ਉਰੀ ਬਾਬਾ ਉਰੀ ਬਾਬਾ ਕਾਲਕਾ ਹੋ ਕਾਲਕਾ ਭਾਬੀ ਨੇ ਕਿਹਾ ਭਾਬੀ ਸ਼ਾਕਾ ਫੈਮਿਲੀ ਤੋਂ ਯਾਰ ਹੈ ਯਾਰ ਬਰੀਦ ਭਾਬੀ ਨੇ ਕਿਹਾ ਉਰੀ ਬਾਬਾ ਨਹੀਂ ਸਾ ਜੀ ਉਹ ਮੇਰੀ ਕਜ਼ਨ ਹੈਗੀ ਉਹਨੂੰ ਬੋਲਾ ਪਸੰਦ ਸਾਰੇ ਨੇ ਸ਼ੁਰੂ ਇੰਜ ਕੀਤਾ ਸਾ ਗਾ ਮਾ ਜਿਵੇਂ ਅੱਗੋਂ ਪਤਾ ਨੀ ਕਿਹੜਾ ਕਲਾਸੀਕਲ ਸ਼ੁਰੂ ਕਰਨ ਲੱਗਾ ਲੈ ਉਰੀ ਬਾਬਾ ਉਰੀ ਬਾਬਾ ਉਰੀ ਬਾਬਾ ਕੀ ਵਾਕੀ ਮਤਲਬ ਤੇਰੇ ਸਹੁਰੇ ਗੱਬਰ ਨੇ ਯਾਰ ਨਹੀਂ ਯਾਰ ਮੇਰਾ ਕੋਈ ਕਜ਼ਨ ਹੈਗਾ ਬੰਬਾ ਮੁੱਕ ਗਿਆ ਕਾਲਕਾ ਹੋ ਕਾਲਕਾ ਸੋ ਰੱਬ ਦੀ ਕਾਲਕਾ ਹੋ ਕਾਲਕਾ ਸੋ ਰੱਬ ਦੀ ਤੇਰੇ ਨਾਲ ਮੈਨੂੰ ਤੁਰ ਤੁਰ ਮੇਰੇ ਨਾਲ ਤੈਨੂੰ ਤੁਰ ਤੁਰ ਤੇਰੇ ਨਾਲ ਮੈਨੂੰ ਮੇਰੇ ਨਾਲ ਤੈਨੂੰ 100% ਪਿਆਰ ਉਰੀ ਬਾਬਾ ਉਰੀ ਬਾਬਾ ਉਰੀ ਬਾਬਾ ਓ ਉਰੀ ਬਾਬਾ ਉਰੀ ਬਾਬਾ ਉਰੀ ਬਾਬਾ ਕਾਲਕਾ ਹੋ ਕਾਲਕਾ ਕਾਲਕਾ ਹੋ ਕਾਲਕਾ ਸੋ ਰੱਬ ਦੀ ਅੱਗੇ ਸੁਣਾ ਅੱਗੇ ਇੰਨਾ ਕੀ ਆਉਂਦਾ ਸਤਾ ਜੀ ਕਾਲਕਾ ਫਿਲਮ ਵੇਖਣਾ ਸੁਲਤਾਨ ਹੀ ਸਾਹਿਬ ਦੀ ਵੇਖਣ ਵਾਲੀ ਆਹੋ ਜਿਹਦੇ ਚ ਸੇਬ ਅਲਮਾਰੀ ਚ ਆਉਂਦੇ ਥੱਲੇ ਸਹੀ ਗੱਲ ਵੇਖਣ ਵਾਲੀ ਫਿਲਮ ਆ ਤੂੰ ਦੇਖੀ ਫਿਲਮ ਯਾਰ ਤੂੰ ਕੰਮ ਚੱਕ ਕਰੀ ਕਿ ਇੱਕ ਖਾਲੀ ਜਿਹਾ ਪਿੰਡ ਆ ਜਿਹੜਾ ਤੇ ਸੁਲਤਾਰੀ ਸਾਹਿਬ ਦੀ ਇੰਟਰੀ ਕੀ ਉੱਤੋਂ ਇੱਕ ਸੇਫ ਅਲਮਾਰੀ ਡਿੱਗਦੀ ਆ ਤੇ ਉਹਦੇ ਵਿੱਚੋਂ ਸੁਲਤਾਰੀ ਸਾਹਿਬ ਇਸ ਫਿਲਮ ਦਾ ਪੋਸਟਰ ਟ੍ਰੇਨ ਲੰਘ ਰਹੀ ਆ ਤੇ ਸੁਲਤਾਨ ਰਾਈ ਸਾਹਿਬ ਖੜੇ ਆ ਤੇ ਲੱਤਾਂ ਚੋਂ ਟ੍ਰੇਨ ਲੰਘ ਰਹੀ ਪਾਕਿਸਤਾਨੀ ਨੋ ਡਾਊਟ ਫਰੀਦ ਐਡੇ ਐਡੇ ਅੱਛੇ ਐਕਟਰ ਨੇ ਜ਼ਿਦਾਰ ਆ ਕਿ ਵਡੇਰਾ ਫਿਲਮ ਆ ਤੇ ਪੂਰੀ ਟ੍ਰੇਨ ਦੇ ਇੰਜਨ ਦੇ ਸੁਲਤਾਨ ਮੁਸਤਫਾ ਰਾਈ ਸਾਹਿਬ ਨੇ ਇੰਜ ਹੱਥ ਰੱਖ ਕੇ ਟ੍ਰੇਨ ਰੋਕੀ ਹੈ ਇੰਜ ਖੜੇ ਨੇ ਟ੍ਰੇਨ ਤੇ ਟ੍ਰੇਨ ਦਾ ਡਰਾਈਵਰ ਉਹ ਰੇਸਾ ਦੇ ਨਾਲ ਕਰ ਰਿਹਾ ਤੇ ਮੁਸਤਫਾ ਰਾਈ ਸਾਹਿਬ ਇੰਜ ਖੜੇ ਨਾਲ ਜਾਂਦਾ ਦਿੱਲੀ ਵਾਰ ਤੇ ਟ੍ਰੇਨ ਨਹੀਂ ਜਾ ਰਹੀ 26 ਡੱਬਿਆਂ ਦੀ ਟ੍ਰੇਨ ਗੱਲ ਫਿਲਮ ਦੀ ਹੋ ਰਹੀ ਸੁਲਤਾਨ ਰਹੀ ਸਾਹਿਬ ਨੂੰ ਇੱਕ ਫਿਲਮ ਵੇਖੀ ਮੈਂ
ਫਾਇਰ ਫੂਰ ਮਾਰ ਕੇ ਨਾ ਤੇ ਪਾਣੀ 'ਚ ਸਿੱਟਦਾ ਤੇ ਮੈਡਮ ਸੰਗੀਤਾ ਆਏ ਨੇ ਬੁੱਢੇ ਬਣੇ ਹੋਏ ਨੇ ਤੇ ਉਹ ਮਾਇਓ ਕੁਰੈਸ਼ੀ ਸਾਹਿਬ ਨੂੰ ਕਹਿ ਰਹੀ ਹੁਣ ਤਾਂ ਦੱਸ ਤੇ ਮੇਰਾ ਪੁੱਤਰ ਕਿਹੜਾ ਵਾ ਕਹਿੰਦੇ ਉਹ ਹੀ ਜਿਹਨੂੰ ਅਸੀਂ ਮਾਰ ਕੇ ਸਿੱਟਦਾ ਅੱਲਾ ਦੀ ਕਸਮ ਫਰੀਦ ਰਾਈ ਸਾਹਿਬ ਨੇ ਪਾਣੀ 'ਚੋਂ ਹੀ ਅੱਖਾਂ ਖੋਲੀ ਜਾਵਾ ਤੇ ਪਤਾ ਨੀ ਕੀ ਹੋਇਆ ਰਾਈ ਸਾਹਿਬ ਨੂੰ ਪਾਣੀ 'ਚੋਂ ਹੀ ਪਲਾ ਤੇ ਉਹ ਕਹਿੰਦਾ ਸੁਣ ਲਿਆ ਆਪਣੇ ਪਿਓ ਦੇ ਕਤਲ ਦਾ ਵੀ ਪਤਾ ਚੱਲ ਗਿਆ ਤੇ ਆਪਣੀ ਮਾਂ ਦਾ ਵੀ ਪਤਾ ਚੱਲ ਗਿਆ ਪਾਗ ਦੀ ਕਿਸਮ ਲੈਲਾ ਮਜਨੂ ਦੇ ਹੀਰ ਜੀ ਚ ਰੰਗੀਲਾ ਨੰਨਾ ਅਲੀ ਜਾ ਸਾਹਿਬ ਵਿਆਹ ਕਰਾ ਰਹੇ ਹੁੰਦੇ ਤੇ ਰੰਗੀਲਾ ਸਾਹਿਬ ਸ਼ੋਰਾ ਪੀ ਰਹੇ ਤੇ ਵੱਡਾ ਕਹਿੰਦਾ ਸ਼ੋਰਾ ਲਿਆ ਓਏ ਹੁਣ ਸ਼ੋਰਾ ਲਿਆ ਰਿਹਾ ਤੈਨੂੰ ਕਹਿੰਦੇ ਆ ਜਾ ਮੇਰਾ ਸ਼ੋਰਿਆ ਯਾਰ ਕਿਆ ਬਾਤ ਯਾਰ ਪਸੰਦ ਕੀਤੀ ਮਰ ਗਿਆ ਮੈਂ ਲੇਟ ਲੇਟ ਜਿਹੜੀ ਹੱਡੀ ਫੜਦਾ ਰੰਗੀਲਾ ਸਾਹਿਬ ਹੱਡੀ ਫੜਦੇ ਨੇ ਨਹੀਂ ਐਡੀ ਵੱਡੀ ਹੱਡੀ ਹੁੰਦੀ ਨਾ ਤੇ ਵਿੱਚ ਉਹਦੇ ਸੁਰਾਗ ਹੁੰਦਾ ਰੰਗੀਲਾ ਰੰਗੀਲਾ ਸਾਹਿਬ ਹੱਡੀ ਫੜ ਕੇ ਤੇ ਇੰਜ ਵਿੱਚੋਂ ਵੇਖ ਰਹੇ ਤੇ ਨੰਨਾ ਸਾਹਿਬ ਕਹਿੰਦੇ ਨੰਨਾ ਸਾਹਿਬ ਕਹਿੰਦੇ ਸਾਲਣ ਚ ਦੂਰਬੀਨ ਵੀ ਪੱਕੀ ਯਾਰ ਕਹਿੰਦੇ ਉਹ ਵੱਡੀ ਹੱਡ ਹੁੰਦਾ ਨਾ ਜਿਹਦੇ ਚੋਂ ਮਿੱਕ ਹੁੰਦੀ ਤੇ ਰੰਗੀਲਾ ਸਾਹਿਬ ਨੂੰ ਫੜ ਕੇ ਆਇਆ ਕਰ ਰਹੇ ਤੇ ਨੰਨਾ ਸਾਹਿਬ ਕਹਿੰਦੇ ਹੈਰ ਸਾਲਣ ਚ ਦੂਰ ਵੀ ਨਾ ਪੱਕੀ ਨਹੀਂ ਨਹੀਂ ਉਸਤਾਦ ਜੀ ਯਾਰ ਮੈਂ ਤੁਹਾਨੂੰ ਦੱਸਾਂ ਕਦੀ ਤੁਸੀਂ ਮਜ਼ਾ ਲੈਣਾ ਹੋਵੇ ਨਾ ਤਾਂ ਤੁਸੀਂ ਉਹ ਫਿਲਮ ਵੇਖਣੀ ਹੈ ਉਹ ਹੈਗੀ ਸੀ ਮਿਰਜ਼ਾ ਸਾਹਿਬਾ ਤੇ ਮਿਰਜ਼ਾ ਮਜਨੂੰ ਤੇ ਰਾਂਝਾ ਏਦਾਂ ਦੀ ਤਿੰਨ ਕਰੈਕਟਰ ਨੇ ਉਹ ਚ ਤੇ ਉਹ ਐਂਡ ਤੇ ਵਿਆਹੁਣ ਜਾਂਦੇ ਨੇ ਹੁਣ ਉੱਥੇ ਉਹ ਲੰਗਰ ਉਹਦਾ ਦਾਵਤ ਦਾ ਲੰਗਰ ਹੁੰਦਾ ਤੇ ਰੰਗੀਲਾ ਦਾ ਸ਼ੋਰਾ ਲਿਆ ਹੁਣ ਉਹਦੇ ਨਾਲ ਕਨਵਰਸੇਸ਼ਨ ਚੱਲ ਰਹੀ ਹੈ ਹੀਰੋ ਦੇ ਨਾਲ ਕੋ ਗੱਲਬਾਤ ਹੋਈ ਤੇ ਦੁਖੀ ਗੱਲ ਹੋਣ ਡਈ ਆ ਕਿ ਜੇ ਤੂੰ ਮੇਰਾ ਪੁੱਤਰ ਨਹੀਂ ਤੇ ਅੱਜ ਤੋਂ ਬਾਅਦ ਮੈਂ ਵੀ ਤੇਰਾ ਪਿਓ ਨਹੀਂ ਤੇ ਇੰਜ ਕਰਕੇ ਅੱਖਾਂ ਪੂੰਝਦੇ ਹੋਏ ਜਾਣ ਡਿਆ ਤੇ ਥੋੜਾ ਅੱਗੇ ਕਰਕੇ ਕਰਦੇ ਅੱਲਾ ਨੇ ਤੈਨੂੰ ਬੜੀ ਇੱਜ਼ਤ ਦਿੱਤੀ ਕਹਿੰਦੇ ਤੂੰ ਕੌਣ ਆਇਆ ਨਹੀਂ ਕਹਿੰਦੇ ਤੂੰ ਵਾਪਸ ਲੈਣਾ ਯਾਰ ਨੰਨਾ ਸਾਹਿਬ ਤੇ ਮੁਨੱਵਰ ਜਰੀਤ ਸਾਹਿਬ ਬੈਠੇ ਹੁੰਦੇ ਤੇ ਹਕੀਮ ਦੇ ਕੋਲ ਜਾ ਕੇ ਕਹਿੰਦੇ ਮੁਨੱਵਰਜੀਤ ਸਾਹਿਬ ਕਹਿੰਦੇ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਰ ਦੇ ਤੇ ਚੰਗਾ ਰਹੇਗਾ ਉਧਰੋਂ ਨੰਨਾ ਸਾਹਿਬ ਆ ਜਾਂਦੇ ਤੇ ਵੇਖ ਕੇ ਕਹਿੰਦੇ ਹਕੀਮ ਸਾਹਿਬ ਇਸ ਬੰਦੇ ਨੇ ਆਪਣੀ ਧੀ ਦਾ ਨਿਕਾਹ ਕਰਕੇ ਉਹਨੂੰ ਨਿਕਾਹ ਯਾਫਤਾ ਤੇ ਬਲਕਿ ਤਬਾਹ ਯਾਫਤਾ ਲਗਾ ਦੇਖੀ ਬਹੁਤ ਕਮਾਲ ਜੀ ਨੰਨਾ ਸਾਹਿਬ ਕਿਆ ਬਾਤ ਨੰਨਾ ਸਾਹਿਬ ਬਹੁਤ ਵੱਡੀ ਉਸਤਾਦ ਜੀ ਮੈਨੂੰ ਸੱਚੀ ਪਤਾ ਨਾ ਡਾਇਲੋਗ ਡਿਲੀਵਰੀ ਕਮਾਲ ਸੀ ਇਹ ਇੰਜ ਫਲੋ ਚ ਗੱਲ ਕਰ ਦਿੰਦੇ ਸੀ ਕੋਈ ਨਹੀਂ ਬਣਾਉਂਦੇ ਕਿ ਵੀ ਮੈਂ ਬਣਾ ਕੇ ਗੱਲ ਕਰਾਂ ਨਾ 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 ਇੰਜ ਆਰਾਮ ਨਾਲ ਨਹੀਂ ਉਸਤਾਦ ਜੀ ਇੱਕ ਚੀਜ਼ ਹੈ ਇੱਕ ਉਹਨਾਂ ਦਾ ਗਾਣਾ ਵਾ ਇੱਕ ਕਮਰੇ ਦੇ ਵਿੱਚ ਉਹ ਨੇ ਤੇ ਇੱਕ ਕੁੱਤਾ ਵਾ ਉਹ ਦੇਖਿਆ ਤੂੰ ਪੂਰਾ ਗਾਣਾ ਉਸ ਕੁੱਤੇ ਦੇ ਨਾਲ ਸਾਹਮਣੇ ਲੂਰੀ ਖੜੀ ਬਾਰੀ ਚ ਤੇ ਕੁੱਤੇ ਨੂੰ ਆਪਣੀ ਉਹਨਾਂ ਨਾਲ ਉਹਦੇ ਨਾਲ ਮੁਸ਼ਾਬਤ ਦੇ ਕੇ ਨਾ ਲੂਰੀ ਨਾਲ ਤੇ ਉਹਦੇ ਨਾਲ ਮੁਹੱਬਤ ਕਰ ਰਹੇ ਨੇ ਪੂਰੇ ਕਮਰੇ ਚ ਸਿਰਫ ਦੋ ਬੰਦੇ ਨੇ ਕੋਈ ਕੁਰਸੀ ਮੇਜ਼ ਵੀ ਨਹੀਂ ਹੈਗਾ ਖਾਲੀ ਕਮਰਾ ਵਾ ਤੇ ਸਾਹਮਣੇ ਘਰ ਦੇ ਵਿੱਚ ਕੁੜੀ ਹੈ ਤੇ ਕੁੱਤੇ ਨਾਲ ਪਿਆਰ ਕਰੀ ਜਾ ਰਹੇ ਨੇ ਪੂਰਾ ਗਾਣਾ ਮਰ ਗਿਆ ਮੈਂ ਫਿਲਮ ਪਤਾ ਨੀ ਕਿਹੜੀ ਸੀ ਯਾਰ ਸਕ੍ਰਿਪਟ ਸਕ੍ਰੂਟ ਵੀ ਨਹੀਂ ਲਿਖਦੇ ਹੋਣੇ ਮੇਰੇ ਹਿਸਾਬ ਨਾਲ ਉਸਤਾਦ ਜੀ ਰੰਗੀਲਾ ਸਾਹਿਬ ਬੜੇ ਵੱਡੇ ਰਾਈਟਰ ਡਾਇਰੈਕਟਰ ਹਾਂ ਲੇਕਿਨ ਉਸਤਾਦ ਜੀ ਉਹ ਯਾਰ ਤੂੰ ਉਹਨੇ ਨਹੀਂ ਵੇਖਿਆ ਜਿਹਦੇ ਚ ਰੰਗੀਲਾ ਸਾਹਿਬ ਕੰਮ ਤੇ ਬਿੱਲੀ ਨਿਕਲਾਉਂਦੀ ਵਿੱਚੋਂ ਤੈਨੂੰ ਮੈਂ ਸ਼ੌਂਟ ਨਹੀਂ ਪਾਇਆ ਇੰਝ ਕਰਕੇ ਕਹਿੰਦੇ ਲਿਆ ਏ ਆਹ ਲੈ ਤੈਨੂੰ ਮੈਂ ਕੁਛ ਛਾਪਰ ਟੈਪ ਕਹਿੰਦੇ ਲਿਆ ਛਾਪਰ ਤੇ ਕਹਿੰਦਾ ਲੈ ਫੜਾ ਛਾਪਰ ਇੰਝ ਰਾਹ ਦਿੰਦੇ ਉਹ ਬਿੱਲੀ ਯਾਰ ਕਿਆ ਕਮਾਲ ਯਾਰ ਕਮਾਲ ਵੱਡੇ ਲੋਕ ਨੇ ਕਸਮ ਜਿਹਨਾਂ ਨੇ ਸਾਡੀ ਬੜੀ ਜਨਰੇਸ਼ਨ ਆ ਨਿਊ ਜਨਰੇਸ਼ਨ ਬੱਚੇ ਜਿਹਨਾਂ ਨੇ ਨਹੀਂ ਵੇਖਿਆ ਤੁਸੀਂ ਨਾ ਲਿਖਣਾ ਯੂਟਿਊਬ ਤੇ ਰੰਗੀਲਾ ਮੁਨੱਵਰ ਜ਼ਰੀਫ ਨੰਨਾ ਅਲੀ ਜਾਜ਼ ਰੰਗੀਲਾ ਮੁਨੱਵਰ ਜ਼ਰੀਫ ਨੰਨਾ ਅਲੀ ਜਾਜ਼ ਬੈਸਟ ਕਾਮੇਡੀ ਕਲਿਪਸ ਜਾਂ ਬੈਸਟ ਕਾਮੇਡੀ ਸੀਨ ਤੁਸੀਂ ਵੇਖਣਾ ਸਰ ਉਹਨਾਂ ਨੂੰ ਯਾਦ ਕਰੋ ਵੀ ਸਾਡੇ ਲੈਜੰਡ
ਅੱਜ ਅਸੀਂ ਵੀ ਜਿੰਨਾ ਕੰਮ ਕਰ ਰਹੇ ਯਾਰ ਦੇਖੋ ਨਾ ਜੁਗਤ ਹੀ ਹੈ ਨਾ ਕੈਸੀ ਜੁਗਤ ਆ ਮਤਲਬ ਜੁਗਤਾਂ ਦੀ ਗੱਲ ਹੈ ਨਾ ਦੂਰਬੀਨ ਦੂਰਬੀਨ ਵਾਲੀ ਕਹਿੰਦਾ ਛਾਲਣ ਚ ਦੂਰਬੀਨ ਪੱਕੀ ਐਸੀ ਐਸੀ ਗੱਲ ਸੁਭਾਨ ਅੱਲਾ ਯਾਰ ਤੇ ਉਹ ਵੀ ਵੇਖੋ ਅਲਬੇਲਾ ਸਾਹਿਬ ਤੇ ਨੰਨਾ ਸਾਹਿਬ ਪਿਓ ਪੁੱਤਰ ਕਰਨ ਦੇ ਉਹ ਵੀ ਉਸਤਾਦ ਜੀ ਕਿਤੇ ਬਹੁਤ ਬਹੁਤ ਮਜ਼ਾ ਨੇ ਤੇ ਬਸ ਆਪਣਾ ਖਿਆਲ ਰੱਖਣਾ ਅੱਜ ਸਾਡਾ ਵੈਸੇ ਜ਼ਿਹਨ ਤੇ ਅਸੀਂ ਕਿਉਂ ਬਣੇਗਾ ਹਜ਼ਾਰ ਪਤੀ ਲੈ ਕੇ ਬੈਠੇ ਸਾਂ ਲੇਕਿਨ ਅੱਗੋਂ ਫਿਰ ਪਤਾ ਨੀ ਕੀ ਹੋ ਗਿਆ ਕੰਮ ਸਹੀ ਇੱਕ ਗੱਲ ਰਹਿ ਗਈ ਸੀ ਮੇਰੀ ਹਾਂਜੀ ਕਿਹੜੀ ਉਸਤਾਦ ਜੀ ਮੈਂ ਕਹਿੰਦਾ ਕਿ ਜਿਹੜਾ ਪਿਆਰ ਨਾਲ ਬੋਲੇ ਅੱਗੋਂ ਉਹਨੂੰ ਪਿਆਰ ਨਾਲ ਹੀ ਜਵਾਬ ਦੇਣਾ ਚਾਹੀਦਾ ਨਾ ਹੁਣ ਰਾਈ ਸਾਹਿਬ ਦੀ ਮੈਂ ਇੱਕ ਫਿਲਮ ਵੇਖ ਰਿਹਾ ਵਾਂ ਤੇ ਮੈਡਮ ਅੰਜਮਨ ਆਏ ਨੇ ਕਹਿੰਦੇ ਜਗਿਆ ਤੇਰੇ ਲਈ ਖੁਸ਼ਖਬਰੀ ਹੈ ਕਿ ਅੱਬੂ ਰਿਸ਼ਤੇ ਵਾਸਤੇ ਰਾਜ਼ੀ ਹੋ ਗਿਆ ਤੇ ਰਾਈ ਸਾਹਿਬ ਕੋ ਕਹਿੰਦੇ ਤੇ ਪਿਓ ਨੂੰ ਕਹਿ ਕਬਰ ਦੀ ਤਿਆਰੀ ਕਰ ਲਵੇ ਇਹ ਕਿਹੜੀ ਗੱਲ ਹੁੰਦਾ ਹੈ ਟਿਪ ਲਈ ਹੋਈ ਹੈ ਮਤਲਬ ਤੂੰ ਤੇ ਭੱਟੀ ਦੀ ਬਾਤ ਕੱਢੀ ਹੈ ਭੱਟੀ ਜਿਹੜੀ ਜਿਹੜੀ ਉਸਤਾਦ ਜੀ ਨੇ ਮਾਰੀ ਕੁਛ ਰਾਈ ਸਾਹਿਬ ਨੇ ਰਾਈ ਪਈ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਤੁਹਾਡਾ ਫਿਰ ਕੱਲ੍ਹ ਮੁਲਾਕਾਤ ਹੋਏਗੀ ਲਵ ਯੂ ਥੈਂਕ ਯੂ ਪਾਕਿਸਤਾਨ ਜ਼ਿੰਦਾਬਾਦ